ਸਤਿਗੁਰੂ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਭਾਈ ਦਰਸ਼ਨ ਸਿੰਘ ਸਾਹਿਬ ਹਜ਼ੂਰੀ ਰਾਗੀ ਨੇ ਇੱਥੋਂ ਦੇ ਕੀਰਤਨ ਆਪ ਜੀ ਨੇ ਸੁਣਿਆ ਹੀ ਹੈ ਅੱਗੇ ਵੀ ਸੁਣਿਆ ਕਦੀ ਦਰਸ਼ਨ ਸਿੰਘ ਨਿਰਮਲ ਕਹਿੰਦੇ ਇਹਨਾਂ ਨੂੰ ਕੀਰਤਨੀਆਂ ਦੇ ਵਿੱਚੋਂ ਇੱਕ ਪੱਕਾ ਮੇਵਾ ਜੀ ਹੁੰਦਾ ਨਾ ਪੱਕਾ ਮੇਵਾ ਆਖੋ ਵਾਹਿਗੁਰੂ ਅਤੇ ਉਸ ਮੇਵੇ 'ਚ ਆਪਣੇ ਗੁਣ ਹੁੰਦੇ ਜਿਹੜਾ ਮੇਵਾ ਪੱਕ ਜਾਂਦਾ ਬਹੁਤ ਸਾਲਾਂ ਤੋਂ ਉਦਾਸ ਇਹਨਾਂ ਦਾ ਕੀਰਤਨ ਸੁਣਦਾ ਇਹ ਨਹੀਂ ਵੀ ਉਹਨੇ ਮੇਰੀ ਸਿਫਤ ਕੀਤੀ ਅਤੇ ਮੈਂ ਉਹਦੀ ਸਿਫਤ ਕਰਦੀ ਨਹੀਂ ਵਾਕਿਆ ਵਡਿਆਈ ਹੈ ਅੱਜ ਤਾਂ ਬੜਾ ਮਹਿੰਗਾ ਲਾਇਆ ਸਪੀਕਰ ਕਰੋ ਵੀ ਠੀਕ ਕਹਿੰਦੇ ਆਵਾਜ਼ ਨਹੀਂ ਆਉਂਦੀ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਬਾਣੀ ਦਾ ਕੀਰਤਨ ਕਰਕੇ ਗਏ ਮੈਂ ਗਰੀਬ ਮੈਂ ਕਿਹੜੇ ਤਲ ਤੋਂ ਜਾ ਕੇ ਸਤਿਗੁਰੂ ਨੇ ਕਿਹਾ ਹੋਊਗਾ ਕਿਹੜੇ ਤਲ ਤੋਂ ਜਾ ਕੇ ਇਹ ਭਜਨ ਕਹਿ ਹੋਣਗੇ ਤੁਹਾਡੇ ਮੇਰੇ ਵੱਸ ਦਾ ਰੋਗ ਨਹੀਂ ਗਰੀਬ ਵੀ ਕਹਿਣਾ ਕਿ ਅਸੀਂ ਗਰੀਬ ਹਾਂ ਨਹੀਂ ਪਤਾ ਲੱਗਾ
ਗਰੀਬ ਕਹਿਣ ਲਈ ਅੰਦਰਲੀ ਗਰੀਬੀ ਬੋਲਣੀ ਚਾਹੀਦੀ, ਜੋ ਅਸੀਂ ਨਹੀਂ ਬੋਲ ਸਕਦੇ। ਅੱਖ ਵਾਹਿਗੁਰੂ, ਮੈਂ ਗਰੀਬ ਕਹਿਣਾ ਹੈ ਨਾ, ਜਦੋਂ ਇੰਨਾ ਮਹਿੰਗਾ ਵੇਖੋ ਤੁਸੀਂ ਸਿਸਟਮ ਲਾਇਆ, ਚੱਲ ਨਹੀਂ ਰਿਹਾ, ਚਲੋ ਤੁਸੀਂ ਟਿਕੇ ਰਹੋ, ਆਪਣੇ ਮਨ ਵਿੱਚ ਗਰੀਬੀ ਤਾਰਨੀ, ਗੁਰਮਤਿ ਹਿਰਦੇ ਗਰੀਬੀ ਆਵੇ। ਗਰੀਬ ਦੇ ਮੂੰਹ ਦੇ ਵਿੱਚੋਂ ਗਰੀਬ ਸ਼ਬਦ ਬੜਾ ਪਿਆਰਾ ਲੱਗਦਾ ਹੈ। ਇੱਕ ਅਮੀਰ ਬੰਦਾ ਕਵੇ ਮੈਂ ਗਰੀਬ ਹਾਂ, ਸੱਚਮੁੱਚ ਕਿਹਾ ਹੀ ਨਹੀਂ ਜਾ ਸਕਦਾ। ਅਮੀਰ ਦੇ ਮੂੰਹ ਦੇ ਵਿੱਚੋਂ ਜਦੋਂ ਇੱਥੇ ਆਣ ਕੇ ਕਹਿੰਦੇ ਨਾ ਮਹਾਰਾਜ ਮੈਂ ਗਰੀਬ ਹਾਂ, ਸ਼ਬਦ ਫਿੱਕੇ ਨੇ, ਬਸ ਠੀਕ ਹੈ ਜੀ, ਉਹਨਾਂ ਨੂੰ ਕਹਿ ਦਿਓ ਧੰਨਵਾਦ। ਹੀ ਆਵਾਜ਼ ਪੱਤੋਂ ਆਵਾਜ਼ ਆ ਰਹੀ ਪੂਰੀ? ਭਾਈ ਸਾਹਿਬ ਆਪਣਾ ਹੀ ਲਵਾ ਦਿਓ ਸਪੀਕਰ, ਫਿਰ ਆਪਣਾ ਸਿੰਘ ਬੁਲਾ ਕੇ ਆਪਣੇ ਵਾਲਾ ਚਾਲੂ ਕਰਾ ਦਿਓ। ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉਹਦੀ ਪੁੱਤਰਾ, ਗਰੀਬ ਸ਼ਬਦ ਜਦੋਂ ਕੋਈ ਗਰੀਬ ਬੋਲਦਾ ਹੈ, ਤੁਸੀਂ ਪਕੜ ਰਹੇ ਹੋ ਗੱਲ ਨੂੰ? ਇੱਕ ਗਰੀਬ ਜਿਹੜਾ ਵਾਕਿਆ ਹੀ ਉਹਦੇ ਮੂੰਹ ਦੇ ਵਿੱਚੋਂ ਗਰੀਬੀ ਬੜੀ ਫਪਦੀ ਹੈ, ਕਿਉਂਕਿ ਇਹਨੇ ਗਰੀਬੀ ਨੂੰ ਹੰਡਾਇਆ ਹੈ। ਨਹੀਂ ਪਤਾ ਲੱਗਾ ਪੁੱਤਰ ਰੁਮਾਲ ਵਾਲਿਆ, ਉਹਨੇ ਗਰੀਬੀ ਨੂੰ, ਜਿਹਨੇ ਕਦੀ ਗਰੀਬੀ ਵੇਖੀ ਨਹੀਂ ਉਹ ਗਰੀਬ ਸ਼ਬਦ ਕਹੂਗਾ ਵੀ ਤਾਂ ਉਹਦੇ ਮੂੰਹ 'ਚੋਂ ਸੋਹਣੇ ਨਹੀਂ ਲੱਗਣੇ। ਆਖੋ ਵਾਹਿਗੁਰੂ। ਮਹਿਸੂਸ ਕਰਦੇ ਹੋ ਕਿ ਵੈਸੇ ਮਹਿਸੂਸ ਕਰੋ, ਇੱਕ ਬੰਦਾ ਭੁੱਖਾ ਆਇਆ, ਉਹਨੂੰ ਭੁੱਖ ਲੱਗੀ, ਉਹ ਜਦੋਂ ਨੂੰ ਕਹੂਗਾ ਨਾ ਮੈਂ ਭੁੱਖਾ, ਅਤੇ ਉਹਦੀ ਭੁੱਖ ਉਹਦੇ ਬੋਲਾਂ ਦੇ ਵਿੱਚੋਂ ਡਲਕੂਗੀ, ਤੈਨੂੰ ਵੀ ਨਹੀਂ ਪਤਾ ਲੱਗ, ਉਹਦੀ ਭੁੱਖ ਸ਼ਕਲ ਵਿੱਚੋਂ ਅਤੇ ਬੋਲਾਂ ਵਿੱਚੋਂ ਵੀ ਡੁੱਲੂਗੀ। ਆਖੋ ਵਾਹਿਗੁਰੂ। ਤਾਂ ਹੀ ਲਿਖਿਆ ਸੀ ਸੁਖਮਨੀ ਸਾਹਿਬ ਦੇ ਵਿੱਚ, ਨਾਮ ਕੀ ਮਹਿਮਾ ਸੰਤ ਰਿੱਧ ਵਸੇ। ਦੋ ਸ਼ਬਦ ਨੇ, ਚੰਗੀ ਤਰ੍ਹਾਂ ਸੁਣਿਓ। ਆਖੋ ਵਾਹਿਗੁਰੂ। ਨਾਮ ਦੀ ਮਹਿਮਾ ਕਿਸੇ ਨੂੰ ਪੁੱਛਣੀ ਹੈ ਤਾਂ ਕਿਹਨੂੰ ਪੁੱਛਿਓ? ਸੰਤ ਨੂੰ, ਕਿਉਂਕਿ ਉਹਨੇ ਜਪਿਆ, ਉਹਨੂੰ ਪਤਾ ਨਾਮ ਕੀ ਹੁੰਦਾ। ਆਖੋ ਵਾਹਿਗੁਰੂ। ਸੰਤ ਦੇ ਮੂੰਹ 'ਚੋਂ ਪੈਸੇ ਦੇ ਬਚਨ ਨਹੀਂ ਚੰਗੇ ਲੱਗਣਗੇ, ਸੰਤ ਦੇ ਮੂੰਹ 'ਚੋਂ ਸੰਤ ਪੈਸੇ ਬਾਰੇ ਦੱਸੂਗਾ, ਫਲਾਣੇ ਕੋਲ ਕਰੋੜਾਂ ਰੁਪਈਏ ਫਿੱਕਾ ਪੈ ਜਾਓ। ਅਮੀਰ ਬੰਦਾ ਕਿਸੇ ਨਾਮ ਜਪਣ ਵਾਲੇ ਬਾਰੇ ਬੋਲੂਗਾ ਤਾਂ ਫਿੱਕਾ ਪੈ ਜੂ, ਪਕੜ ਨਹੀਂ ਰਹੇ? ਪਤਾ ਲੱਗ ਰਿਹਾ ਜੀ, ਅਮੀਰ ਬੰਦਾ ਬੋਲੇ ਵੀ ਫਲਾਣਾ ਬੰਦਾ ਅੰਮ੍ਰਿਤ ਵੇਖ ਕੇ ਨਾਮ ਜਪਦਾ ਜੀ, ਕਿਆ ਬਾਤ ਆ, ਫਿੱਕਾ ਪੈ ਜਾਓ, ਜੇ ਉਹਨੇ ਨਾਮ ਕਦੀ ਜਪਿਆ ਨਹੀਂ, ਪਤਾ ਲੱਗ ਗਿਆ ਜਿਹਨੇ ਨਾਮ ਜਪਿਆ ਹੈ ਉਹ ਜਦੋਂ ਨਾਮ ਦਾ ਇਹ ਕਹੂਗਾ ਕਿ ਸੱਚਮੁੱਚ ਮੂੰਹ ਚੋਂ ਅੰਮ੍ਰਿਤ ਵਰਸ,
ਮੈਂ ਇਹ ਵੀ ਆਪ ਜੀ ਨੂੰ ਕਹਿਣਾ ਚਾਹੁੰਦਾ ਭਾਈ ਸਾਹਿਬ ਸ਼ੰਕਰ ਤੇ ਮੈਂ ਗਰੀਬ ਅੰਦਰ ਘੱਟ ਤੋਂ ਲੱਗਿਆ ਮੇਰੇ ਕੋਲ ਗਰੀਬੀ ਕਹਿੰਦਾ ਗਰੀਬੀ ਹੰਡਾਈ ਗਰੀਬ ਕਹਿਣ ਦੇ ਵਿੱਚ ਵੀ ਉਹਨੂੰ ਆਨੰਦ ਆਇਆ ਕਿਉਂਕਿ ਉਹਨੇ ਗਰੀਬੀ ਦੇਖੀ ਆ ਜਿਸ ਬੰਦੇ ਨੇ ਗਰੀਬੀ ਦੇਖੀ ਨਹੀਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਬੋਲਾਂ ਦੇ ਵਿੱਚੋਂ ਬਾਰ ਬਾਰ ਗਰੀਬੀ ਨਜ਼ਰ ਆਉਂਦੀ ਬਾਰ ਬਾਰ ਨਾਨਕ ਨੀਚ ਕਹੈ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਲੋਕਾਂ ਨੂੰ ਵੀ ਕਹਿੰਦਾ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਰੱਖ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਰੱਖ ਨਾਮ ਬੀਜ ਸੰਤੋਖ ਸੁਹਾਗਾ ਨਾਮ ਬੀਜ ਸੰਤੋਖ ਸੁਹਾਗਾ ਨਾਮ ਨਾਮ ਨੂੰ ਬੀਜ ਕੇ ਸੰਤੋਖ ਦਾ ਸੁਹਾਗਾ ਨਹੀਂ ਪਤਾ ਹੋਣਾ ਹੁਣ ਪਤਾ ਖੇਤ ਦੇ ਉੱਤੇ ਮਾਰਦੇ ਬੀਜ ਕਿਤੇ ਪਕਸ਼ੀ ਨਾ ਚੁੱਕ ਜਾਣ ਇੱਧਰਾਂ ਉੱਤੇ ਤਹਿ ਕਰਦੇ ਮੇਰਾ ਬਾਬਾ ਵੀ ਕਹਿੰਦਾ ਤੂੰ ਨਾਮ ਦਾ ਬੀਜ ਬੀਜ ਅਤੇ ਸੰਤੋਖ ਦਾ ਸੁਹਾਗਾ ਮਾਰਦੇ ਰੋਜ਼ ਨਾ ਵੇਖੀ ਉੱਗਿਆ ਕਿ ਨਹੀਂ ਆਖੋ ਵਾਹਿਗੁਰੂ ਉੱਗਿਆ ਕਿ ਨਹੀਂ ਸੱਚਮੁੱਚ ਤੂੰ ਕੋਸ਼ਿਸ਼ ਕਰੇਗਾ ਰੋਜ਼ ਰੋਜ਼ ਵੇਖਣ ਦੀ ਅਤੇ ਕੋਈ ਨਾ ਕੋਈ ਤੈਨੂੰ ਕਹਿ ਦੂਗਾ ਬੀਬੀ ਸਿੰਘ ਤੁਹਾਡੀ ਤਾਂ ਅਵਸਥਾ ਬਣ ਗਈ ਜਿੱਦਣ ਤੈਨੂੰ ਕਿਸੇ ਨੇ ਕਹਿ ਦਿੱਤਾ ਤੇਰੀ ਅਵਸਥਾ ਬਣ ਗਈ ਸਮਝ ਲਓ ਤੂੰ ਡਾਊਨਫਾਲ ਇੰਨਾ ਗਿਆ ਹੈ ਤੇਰੇ ਅੰਦਰ ਤੇ ਇੱਕ ਭਾਉ ਆਇਆ ਵੀ ਮੈਨੂੰ ਕਿਸੇ ਨੇ ਕਹਿਤਾ ਤੇਰੀ ਗੱਲ ਬਣ ਗਈ ਮਗਰ ਰਸਾਤਲ ਵਿੱਚ ਇੰਨਾ ਚਲ ਗਿਆ ਜਿੱਥੋਂ ਕਦੀ ਕਦੇ ਕਿਸਮਤ ਹੀ ਚੁੱਕ ਕੇ ਲਿਆਊਗੀ ਹੱਥ ਜੋੜੀ ਤੇਰੀ ਕੋਈ ਸਿਫਤ ਨਾ ਕਰੇ ਨਹੀਂ ਪਤਾ ਲੱਗਾ ਤੇਰੀ ਕੋਈ ਜੇ ਕਿਤੇ ਬਹਿੰਦਾ ਹੈ ਚੌਂਕੜਾ ਮਾਰ ਕੇ ਅੰਮ੍ਰਿਤ ਵੇਲੇ ਬਹਿੰਦਾ ਹੈ ਤੇ ਲੁੱਗ ਕੇ ਨਹੀਂ ਆਪਣੇ ਬੀਜ ਨੂੰ ਸੁਹਾਗਾ ਮਾਰ ਕੇ ਨੱਪ ਦੇਈਂ ਤੇ ਗਰੀਬੀ 'ਚ ਰਹੀਂ ਕੋਈ ਕਵੇ ਤੈਨੂੰ ਤੂੰ ਨਾਮ ਜਪਦਾ ਹੈ ਕੋਈ ਕਵੇ ਤੈਨੂੰ ਵੀ ਤੂੰ ਨਾਮ ਜਪਦਾ ਹੈ ਤੇ ਹੱਥ ਜੋੜ ਕੇ ਬੜੇ ਅਦਬ ਨਾਲ ਕਹੀ ਮੈਂ ਨਹੀਂ ਜਪਦਾ ਮੇਰਾ ਬਾਪੂ ਜਪਾ ਲੈਂਦਾ ਆ ਮੈਂ ਨਹੀਂ ਜਪਦਾ ਤਰਸ ਪਿਆ ਮੇਰੇ ਤੇ ਗੁਰੂ ਦਾ ਤਰਸ ਹੋਇਆ ਹੈ ਮੈਂ ਰਹਿਮਤ ਹੋਈ ਮੇਰੇ ਤੇ ਰਹਿਮਤ ਹੋਈ ਆ ਸਤਿਗੁਰੂ ਸੱਜਣ ਦੀ ਕਿਰਪਾ ਦੇ ਨਾਲ ਜਿਸਨੂੰ ਤੇਰੀ ਮਿਹਰ ਜਿਸਨੂੰ ਸੋ ਤੇਰੀ ਬੰਦਗੀ ਬੰਦਗੀ ਤੇਰੀ ਉਹ ਕਰਦਾ ਜਿੱਤੇ ਤੇਰੀ ਤੇ ਆਓ ਮਾਰੋ ਹਾਂ ਚੌਂਕੜੇ ਗੋਡਿਆਂ ਤੇ ਰੱਖੋ ਹੱਥ ਮੇਰਾ ਬਾਬਾ ਗੁਰੂ ਰਾਮਦਾਸ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਨਾਮ ਦਾ ਦਾਤਾ ਜਿਹੜਾ ਹੈ ਨਾਨਕ ਕੇ ਘਰ ਕੇਵਲ ਨਾਮ ਇਸ ਘਰ ਦੇ ਵਿੱਚ ਜੇ ਕੇਵਲ ਨਾਮ ਹੀ ਨਾਮ ਭਰਿਆ ਪਿਆ ਤੇ ਝੋਲੀਆਂ ਭਰ ਕੇ ਖੜੋ ਵਾਹਿਗੁਰੂ 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 ਵਾਹਿਗੁਰੂ
ਜੁੜ ਗਈਆਂ ਤਾਰਾਂ। ਖੁਸ਼ ਹੋ ਰਿਹਾ ਮੇਰਾ ਗੁਰੂ ਨਾਨਕ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ। ਕਈ ਵਾਰੀ ਵਚਨ ਸੁਣਾਇਆ ਸਰਕਾਰ ਦਾ ਵੀ ਤੁਹਾਡਾ ਬੱਚਾ ਬਹੁਤ ਵੱਡੀ ਕਲਾਸ ਵਿੱਚ ਪੜ੍ਹ ਰਿਹਾ ਅਤੇ ਕੁੰਡੀ ਲਾ ਕੇ ਅੰਦਰ ਬੈਠਾ। ਤੁਹਾਡੇ ਮਨ ਵਿੱਚ ਸ਼ੰਕਾ ਆਉਂਦੀ ਹੈ ਕਿਤੇ ਫੋਨ 'ਤੇ ਖੇਡ ਤਾਂ ਨਹੀਂ ਰਿਹਾ। ਧਿਆਨ ਦਿਓ, ਕੁੰਡੀ ਲਾ ਕੇ ਅੰਦਰ ਬੈਠਾ, ਤੁਹਾਡੇ ਮਨ ਵਿੱਚ ਇਹ ਵਿਚਾਰ ਆਉਂਦੀ ਹੈ ਵੀ ਕੁੰਡੀ ਲਾ ਕੇ ਅੰਦਰ ਕਿਤੇ ਫੋਨ 'ਤੇ ਤਾਂ ਨਹੀਂ ਖੇਡ ਰਿਹਾ। ਪੜ੍ਹਾਈ ਦੇ ਦਿਨ ਨੇ ਇਹਦੇ, ਅਤੇ ਬੜੇ ਕੀਮਤੀ ਦਿਨ ਨੇ ਇਹਦੇ। ਕਾਹਦੇ? ਪੜ੍ਹਾਈ ਦੇ। ਫੇਲ ਨਾ ਹੋ ਜੇ, ਤੁਸੀਂ ਬੂਹਾ ਖੋਲ ਦਿਓ, ਆਖੋ ਵਾਹਿਗੁਰੂ। ਅਤੇ ਉਹ ਮਸਤੀ ਵਿੱਚ ਬੈਠਾ ਕੰਪਿਊਟਰ ਦੇ ਉੱਤੇ ਆਪਣੀ ਪੜ੍ਹਾਈ ਕਰ ਰਿਹਾ। ਤੁਹਾਡੇ ਮਨ ਵਿੱਚ ਵਿਚਾਰ ਆਉਂਦੀ ਵੀ ਬੱਚਾ ਹੁਣ ਪਾਸ ਹੋ ਜਾਊ। ਤੁਸੀਂ ਬੈਠੇ ਹੋ ਨਾ ਇੱਥੇ, ਹੁਣ ਚੌਂਕੜੀਆਂ ਮਾਰ ਕੇ ਵਾਹਿਗੁਰੂ ਕਹਿ ਰਹੇ ਹੋ, ਇੱਥੇ ਬੈਠਾ ਵੇਖੇ ਅਤੇ ਵਿਕਸੇ, ਨਹੀਂ ਪਤਾ ਲੱਗਾ? ਵੇਖੇ ਸਦ ਸੁਣਦਾ, ਸਦ ਵੇਖਦਾ, 24 ਘੰਟੇ ਬੰਦੇ ਦੀ ਆਵਾਜ਼ ਨੂੰ ਸੁਣਦਾ ਮੇਰਾ ਸਾਹਿਬ। ਇਹ ਭਰੋਸਾ ਰੱਖਿਓ, ਭਰੋਸੇ ਤੋਂ ਬਿਨਾਂ ਕੁਛ ਨਹੀਂ ਬਣਨਾ। ਬਾਪੂ 24 ਘੰਟੇ ਬੰਦੇ ਵੱਲ ਵੇਂਹਦਾ, ਸਿੱਖ ਵੱਲ, ਅਤੇ 24 ਘੰਟੇ ਵੇਖ ਕੇ ਉਹਦੀ ਵਿਚਾਰ ਕਰਦਾ ਹੈ ਵੀ ਮੇਰਾ ਪੁੱਤ ਕੀ ਕਰ ਰਿਹਾ। ਜਦੋਂ ਤੁਸੀਂ ਸਾਰੀ ਸਾਰੀ ਰਾਤ ਫੋਨ 'ਤੇ ਖੇਡਦੇ ਹੋ, ਉਹ ਵੀ ਵੇਂਹਦਾ ਹੈ। ਐਵੇਂ ਨਾ ਕਹਿਣਾ ਵੇਖਦਾ ਨਹੀਂ, ਉਹ ਵੇਖਦਾ ਹੈ। ਜਦੋਂ ਹੁਣ ਤੁਹਾਨੂੰ ਇੱਥੇ ਬੈਠਿਆਂ ਨੂੰ, ਚੌਂਕੜਾਂ ਮਾਰਿਆਂ ਨੂੰ, ਰੱਬ ਦੀ ਇਬਾਦਤ ਵਿੱਚ ਜੁੜਿਆਂ ਨੂੰ ਵੇਖਦਾ ਹੈ, ਅਤੇ ਨਾਲ ਲਿਖਿਆ ਵਿਕਸੈ, ਵਿਕਸੈ ਦਾ ਮਤਲਬ ਹੁੰਦਾ ਖੇਡਣਾ, ਮੇਰਾ ਗੁਰੂ ਨਾਨਕ ਵੀ ਤੁਹਾਡੇ ਚਿਹਰੇ ਵੱਲ ਵੇਖ ਕੇ ਖੇਡ ਰਿਹਾ ਹੈ ਵੀ ਮੇਰੇ ਬੱਚੇ ਪਾਸ ਹੋਣਗੇ, ਅਸਲੀ ਪੜ੍ਹਾਈ ਪੜ੍ਹਨ ਲੱਗ ਪਏ। ਵਾਹਿਗੁਰੂ 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 ਜੁੜ ਕੇ ਵਿਚਾਰ ਨਾ ਲਿਆਇਓ ਕੋ ਮਨ 'ਚ। ਵਾਹਿਗੁਰੂ 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 ਵਾਹਿਗੁਰੂ।
ਰੱਖਣਾ ਖੁਸ਼। ਸਤਨਾਮ ਸ੍ਰੀ ਵਾਹਿਗੁਰੂ। ਜੋ ਮੈਂ ਕਿਹਾ ਸੀ ਉਹ ਮੇਰੇ ਸਿੱਖਾਂ ਨੇ ਸੁਣ ਲਿਆ, ਮੇਰੇ ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ, ਕੰਨੇ ਕੰਨਾਂ ਨਾਲ ਸੁਣ ਲਿਆ ਅਤੇ ਬੜਾ ਖੁਸ਼ ਹੋ ਰਿਹਾ ਜੇ। ਭਾਗਾਂ ਵਾਲਿਆਂ ਦੇ ਨੇਤਰ ਖੁੱਲ੍ਹੇ ਨੇ, ਅੱਜ ਵੀ ਪੀਲੇ ਚੋਲੇ ਵਾਲਾ ਹੀ ਉੱਥੇ ਚੌਂਕੜਾ ਮਾਰ ਕੇ ਬੈਠਾ ਹੈ, ਜਿਹੜਾ ਕਦੇ ਇੱਥੇ ਆਣ ਕੇ ਪਾਣੀ ਪਿਆਉਂਦਾ ਸੀ ਨਾ, ਅੱਖ ਵਾਹਿਗੁਰੂ ਜਿੱਤੋ ਨਾਮ ਪਿਆ ਨਾਨਕ ਪਿਆਓ, ਪਾਣੀ ਪਿਆਉਣ ਵਾਲੀ ਜਗ੍ਹਾ 'ਤੇ ਪਿਆਓ ਨਹੀਂ ਲਿਖਿਆ ਹੁੰਦਾ, ਕਿਸੇ ਇਹਦਾ ਪਿਆਓ ਉਹਦਾ ਪਿਆਓ। ਕਿੱਡੀ ਭਾਗਾਂ ਵਾਲੀ ਧਰਤੀ ਆ ਜਿਹਦਾ ਨਾਮ ਪੈ ਗਿਆ ਨਾਨਕ ਪਿਆਓ ਸਾਹਿਬ। ਇਹ ਸੜਕ ਸੀ ਲਾਹੌਰ ਤੋਂ ਦਿੱਲੀ ਵਾਲੀ, ਇੱਥੇ ਬੈਠਾ ਮੇਰਾ ਬਾਬਾ ਪਿਆਸਿਆਂ ਨੂੰ ਪਾਣੀ ਪਿਆਉਣ ਲਈ, ਅੱਖ ਵਾਹਿਗੁਰੂ। ਪਿਆਸਿਆਂ ਨੂੰ ਕਈ ਦਿਨ ਕਈ ਮਹੀਨੇ ਸਰਕਾਰ ਨੇ ਜਿਨ੍ਹਾਂ ਨੂੰ ਪਿਆਸ ਲੱਗੀ ਸੀ ਨਾਲੇ ਪਾਣੀ ਪਿਆਉਂਦਾ ਸੀ, ਅਤੇ ਨਾਲੇ ਕਹਿੰਦਾ ਪਿਆਰਿਆ ਪਾਣੀ ਪੀ ਕੇ ਬੋਲ ਵਾਹਿਗੁਰੂ। ਗੁਰੂ ਨੂੰ ਪਤਾ ਹੈ ਕਿ ਜੀਵ ਦਾ ਭਲਾ ਵਾਹਿਗੁਰੂ ਕਹਿਣ ਵਿੱਚ ਆ, ਅੱਖ ਵਾਹਿਗੁਰੂ ਕੀ ਕਹਿਣ 'ਚ। ਕਦੀ ਸੋਚਦਾ ਹੋਊਗਾ ਪਰਮਜੀਤ ਸਿੰਘ, ਮੈਂ ਤਾਂ ਇਹਨਾਂ ਨੂੰ ਬੜਾ ਸੌਖਾ ਜਿਹਾ ਰਾਹ ਦੱਸਿਆ ਸੀ, ਸਵੇਰੇ ਉੱਠਣਾ ਹੈ ਗੁਰ ਸਤਿਗੁਰ ਕਾ ਜੋ, ਕੋਈ ਚੱਕਰ ਵੱਕਰ 'ਚ ਪੈਣ ਦੀ ਜ਼ਰੂਰਤ ਨਹੀਂ, ਕੋਈ ਕਛਹਿਰਾ ਤੌਲੀਆ ਚੁੱਕ ਕੇ ਕਿਤੇ ਜਾਣ ਦੀ ਜ਼ਰੂਰਤ ਨਹੀਂ। ਇਹ ਤੋਂ ਵੱਡਾ ਤੀਰਥ ਸਥਾਨ ਕਿਹੜਾ ਹੋ ਸਕਦਾ ਹੈ ਜਿੱਥੇ ਬਾਬੇ ਨੇ ਇੰਨੀਆਂ ਰੂਹਾਂ ਨੂੰ ਜਲ ਛਕਾਇਆ, ਜਿੱਥੇ ਬਾਬਾ ਪੈਰ ਧਰੇ, ਇੱਥੇ ਪੈਰ ਧਰੇ ਨੇ ਗੁਰੂ ਨੇ, ਕਈ ਦਿਨ ਬੈਠਾ ਹੈ ਗੁਰੂ ਨਾਨਕ ਇੱਥੇ। ਤੂੰ ਸਵੇਰੇ ਨਜ਼ਾਰਾ ਮਜਨੂੰ ਢਾਲਾ ਸਾਹਿਬ ਦਾ ਵੇਖਿਆ, ਬੜੀਆਂ ਜਗ੍ਹਾ 'ਤੇ ਜਾਂਦਾ ਇਨਸਾਨ, ਜਿੱਥੇ ਗੁਰੂ ਦੇ ਚਰਨ ਪੈ ਨੇ ਉੱਥੋਂ ਦੀ ਆਭਾ ਜੀਵ ਨੂੰ ਖਿੱਚਦੀ, ਉੱਥੋਂ ਦਾ ਆਓ ਭਾਓ ਜੀਵ ਨੂੰ ਖਿੱਚਦਾ ਹੈ ਅਤੇ ਮਸਤ ਕਰ ਦਿੰਦਾ ਹੈ। ਬੜੇ ਬੜੇ ਕੋਠੀਆਂ ਦੇ ਵਿੱਚ ਜਾ ਕੇ ਵੇਖੋ, ਮਾਡਲ ਟਾਊਨ ਦੇ ਵਿੱਚ ਕਿਹੜੇ ਕਿਹੜੇ ਵੱਡੇ ਮਹਿਲ ਬਣੇ ਨੇ ਸ਼ੀਸ਼ੇ ਦੇ, ਉਹਨਾਂ ਦੇ ਘਰ 'ਚ ਜਾਓਗੇ ਇੱਕ ਮਿੰਟ ਲਈ ਮਨ ਨਹੀਂ ਟਿਕੂਗਾ। ਮਜਨੂੰ ਟਿੱਲਾ ਸਾਹਿਬ ਜਾ ਕੇ, ਨਾਨਕ ਪਿਓ ਸਾਹਿਬ ਜਾ ਕੇ ਇੱਕ ਛਿਨ ਲਈ ਬਹਿ ਕੇ ਵੇਖ ਲਓ, ਮਨ ਕਿਤੇ ਉਡਾਰੀਆਂ ਮਾਰ ਜੂਗਾ। ਇਹਨਾਂ ਜਗ੍ਹਾ ਦੀ ਕੀਮਤ ਸਮਝੋ, ਆਖੋ ਵਾਹਿਗੁਰੂ। ਇਹ ਆਭਾ ਕਿਸੇ ਡੇਰੇ 'ਤੇ ਨਹੀਂ ਆ ਗਈ, ਨੋਟ ਕਰਿਓ, ਇਹ ਆਭਾ ਇਹ ਟਿਕਾਓ ਤੁਹਾਡੇ ਚਾਰ ਚੁਫੇਰੇ ਇੱਥੇ ਧੜਾ ਤੜ ਡੇਰੇ ਬਣਾਏ ਨੇ ਤਾਂ ਕਿ ਸਿੱਖ ਗੁਰਦੁਆਰੇ ਨਾ ਜਾਵੇ, ਇਹਨੂੰ ਸੋਝੀ ਨਾ ਆਵੇ। ਇੱਕ ਗੁਰਦੁਆਰਾ ਸ਼ਬਦ ਆ ਜਿੱਥੋਂ ਸਿੱਖ ਨੂੰ ਲਿਖਿਆ ਸੋਝੀ ਮਿਲਦੀ, ਆ ਨਾਲ ਹੀ ਇੱਥੇ ਹੈਗਾ, ਅੱਗੇ ਹੈਗਾ ਹੈ, ਅੱਗੇ ਹੈਗਾ ਹੈ, ਅੱਗੇ ਨਿਰੰਕਾਰੀ ਬੈਠਾ ਹੈ, ਇੱਧਰ ਦੂਸਰੇ ਤੀਸਰੇ ਚੌਥੇ ਬੈਠੇ, ਘੇਰਾ ਪਾਇਆ ਨਾਨਕ ਪਿਓ ਸਾਹਿਬ ਨੂੰ, ਇੰਨੇ ਘੇਰੇ ਵਿੱਚੋਂ ਲੰਘ ਕੇ ਭਾਗਾਂ ਵਾਲਿਆ ਆ ਆਪਣੇ ਗੁਰੂ ਦੀ ਗੋਦ ਵਿੱਚ, ਬਹਿ ਆਪਣੇ ਗੁਰੂ ਨਾਨਕ ਦੀ ਗੋਦ ਵਿੱਚ, ਅਤੇ ਨਾਨਕ ਕੇ ਘਰ ਇੱਥੇ ਧਾਗਾ ਨਹੀਂ ਉਹ ਦਿੱਤਾ ਜਾਂਦਾ,
ਇੱਥੇ ਇਲਾਚੀਆਂ ਨਹੀਂ ਉਹ ਦਿੱਤੀਆਂ ਜਾਂਦੀਆਂ, ਇੱਥੇ ਜਲ ਕਰਕੇ ਨਹੀਂ ਉਹ ਦਿੱਤਾ ਜਾਂਦਾ, ਉਹੋ ਹੀ ਜਲ ਜਿਹੜਾ ਗਰੀਬ ਨੂੰ ਪਿਆਇਆ ਜਾ ਰਿਹਾ, ਉਹੋ ਹੀ ਜਲ ਜਿਹੜਾ ਅਮੀਰ ਨੂੰ ਪਿਆਇਆ ਜਾ ਰਿਹਾ, ਇੱਥੇ ਸ਼ੀਸ਼ੀਆਂ 'ਚ ਪਾ ਕੇ ਜਲ ਨਹੀਂ ਉਹ ਵੰਡਦਾ ਕੋਈ ਬਾਬਾ, ਇੱਥੇ ਤਾਂ ਕਹਿੰਦਾ ਹੀ ਆਪ ਜਪੋ ਅਵਰੇ ਨਾਮ ਜਪਾਵੋ, ਆਪ ਜਪੋ ਸੁਣਤ ਕਹਿਤ ਰਹਿਤ ਗੱਤ ਪਾਓ। ਇੱਥੇ ਤਾਂ ਮੇਰਾ ਬਾਬਾ ਆਵਾਜ਼ਾਂ ਦਿੰਦਾ ਹੀ ਆਣ ਕੇ ਨਾਮ ਜਪ ਲਾ, ਮੈਂ ਕੋਈ ਪੁੜੀਆਂ ਨਹੀਂ ਉਹ ਦਿੰਦਾ ਲਾਚੀਆਂ ਦੀਆਂ, ਇੱਥੇ ਠੱਗ ਬੈਠੇ ਤੁਹਾਡੇ ਚਾਰ ਚਪੇਰੇ, ਅਤੇ ਸੱਚੀ ਮੁੱਚੀ ਇੰਨੇ ਪ੍ਰਫੁੱਲਤ ਹੋਏ ਨੇ ਉਹ ਠੱਗ ਤੁਹਾਡੇ ਸਾਹਮਣੇ, ਆ ਚਾਰ ਰੂਹਾਂ ਨੇ ਕਿਤੇ ਉਹਨਾਂ ਦੇ ਡੇਰੇ 'ਤੇ ਸਮਾਗਮ ਹੋਵੇ, ਦੋ ਦੋ ਲੱਖ ਬੰਦਾ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਦੀ, ਕਿਉਂਕਿ ਲੋਕ ਸੌਖਾ ਰਾਹ ਲੱਭਦੇ, ਇਹਦੇ ਨਾਲੋਂ ਸੌਖਾ ਰਾਹ ਹੀ ਕੋਈ ਨਹੀਂ। ਮਿਲ ਸਾਧ ਸੰਗਤ ਭਾਜ, ਕੋਈ ਪਰਚੀਆਂ ਕਟਾਉਣ ਨੂੰ ਕਿਹਾ ਹੈ, ਕੋਈ ਗੱਡੀਆਂ ਚੜ੍ਹਾਉਣ ਨੂੰ ਕਿਹਾ ਹੈ ਵੀ ਇੱਥੇ ਗੱਡੀ ਚੜ੍ਹਾਓ ਤਾਂ ਤੁਹਾਡਾ ਨਾਮ, ਨਾ ਨਾ ਭਾਈ ਗਰੀਬੀ ਭਾਵ 'ਚ ਆ ਲੰਗਰ ਵੀ ਮੇਰੇ ਕੋਲੋਂ ਛਕ, ਮਗਰ ਸੰਗਤ ਵਿੱਚ ਬਹਿ ਕੇ ਵਾਹਿਗੁਰੂ 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 ਜੁੜੋ 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 ਜੁੜ ਕੇ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਗਰੀਬ ਸੱਚ ਟੇਕ ਤੂੰ ਮੇਰੇ, ਦੇਖ ਤੁਮਾਰਾ ਦਰਸ਼ਨ ਧੀਰੇ ਦਾ ਮਤਲਬ ਧੀਰਜ ਵਿੱਚ ਆ ਜਾਂਦਾ, ਧੀਰਜ ਵਿੱਚ ਆ ਜਾਂਦਾ, ਧੀਰਜ ਕਰਦਾ ਹੈ ਵੀ ਹੁਣ ਮੈਨੂੰ ਡੋਲਣ ਦੀ ਕੋਈ ਜ਼ਰੂਰਤ ਨਹੀਂ, ਮੈਨੂੰ ਗੁਰੂ ਦੇ ਦੀਦਾਰ ਹੋ ਗਏ, ਮੈਨੂੰ ਗੁਰੂ ਮਿਲ ਗਿਆ। ਜਿਹੜੇ ਜਿਹੜੇ ਤੁਸੀਂ ਅੰਮ੍ਰਿਤ ਵੇਲੇ ਦੇ ਦੀਵਾਨ 'ਚ ਸੀਸਗੰਜ ਸਾਹਿਬ ਨਹੀਂ ਆਏ, ਤੁਸੀਂ ਵੀ ਨਹੀਂ ਜੋੜੀ ਵੀ ਨਹੀਂ ਆਏ, ਬਿਨੋ ਸੁਣੋ ਤੁਮ ਦੀਨ ਦਿਆਲ ਗੋਪਾਲ, ਹੇ ਗੋਪਾਲ ਧਰਤੀ ਦੇ ਪਾਲਕ, ਦੀਨਾਂ 'ਤੇ ਦਇਆ ਕਰਨ ਵਾਲੇ ਵਾਹਿਗੁਰੂ, ਮੇਰੀ ਇੱਕ ਬੇਨਤੀ ਸੁਣ, ਬਿਨੋ ਸੁਣੋ ਤੁਮ ਦੀਨ ਦਿਆਲ ਕਿਰਪਾਲ ਦਿਆਲ, ਮੇਰੀ ਇੱਕ ਬੇਨਤੀ ਸੁਣ। ਕੀ ਬੇਨਤੀ? ਆਖੋ ਵਾਹਿਗੁਰੂ। ਸੁੱਖ ਸੰਪੈ ਬੋ ਭੋਗ ਰਸ, ਸੁੱਖ ਬੋ, ਮੈਨੂੰ ਸਮਝਾ ਜਿੰਨੇ ਸੁੱਖ ਨੇ, ਜਿੰਨੀ ਪ੍ਰੋਪਰਟੀ ਆ, ਜਿੰਨੇ ਭੋਗ ਦੇ ਰਸ ਨੇ, ਇੱਕੇ ਜਗ੍ਹਾ ਤੋਂ ਮਿਲ ਜਾਂਦੇ, ਮੈਨੂੰ ਸਮਝਾ ਕਿਹੜੀ ਜਗ੍ਹਾ ਹੈ? ਨਾਨਕ ਸਾਧ ਰਵਾਲ, ਨਾਨਕ ਸਾਧ ਰਵਾਲ, ਸਾਧ ਮਤਲਬ ਸਤਸੰਗਤ ਦੀ ਚਰਨ ਧੂੜ 'ਚੋਂ ਮਿਲਦੇ ਨੇ, ਜਿੰਨੀ ਪ੍ਰੋਪਰਟੀ ਆ, ਜਿੰਨੇ ਸੁੱਖ ਨੇ, ਜਿੰਨੇ ਭੋਗ ਰਸ ਨੇ, ਕਿੱਥੋਂ ਮਿਲਦੇ? ਚਰਨ ਧੂੜ 'ਚੋਂ। ਉਦਣ ਵੀ ਕਿਹਾ ਸੀ ਚਾਰ ਪਦਾਰਥ ਜੇ ਕੋ ਮੰਗ ਹੈ
ਤੂੰ ਹੁਣ ਲੋਕੇਸ਼ਨ ਹੀ ਨਹੀਂ ਲੈ ਰਿਹਾ, ਜਿਹਦੇ ਨੂੰ ਤੈਨੂੰ ਲੋਕੇਸ਼ਨ ਸ਼ਬਦ ਦੇ ਰਿਹਾ ਵੀ ਆਹ ਚੀਜ਼ 'ਤੇ ਇੱਥੋਂ ਤੱਕ ਪਹੁੰਚਣਾ ਹੀ ਅਤੇ ਇੱਥੇ ਚਲ ਜਾ। ਜੇ ਤੂੰ ਆਹ ਚੀਜ਼ 'ਤੇ ਜਾਣਾ ਹੈ ਤਾਂ ਇਸ ਪਾਸੇ ਚਲ ਜਾ। ਸ਼ਬਦ ਕਹਿ ਰਿਹਾ ਕਿ ਚਾਰ ਪਦਾਰਥ, ਜੇ ਤੈਨੂੰ ਚਾਰ ਪਦਾਰਥ ਚਾਹੀਦੇ ਤਾਂ ਕੀ ਕਰ, ਉਹ ਜਿੱਥੇ ਜੋੜੇ ਝਾਨ ਡਏ ਨੇ ਸਿੱਖ ਉੱਥੇ ਤੂੰ ਵੀ ਖੁੱਲੋ ਜਾ, ਜੋੜੇ ਝਾਨ ਧਰਮ ਅਰਥ ਕਾਮ ਮੋਖ ਦੇ ਨਾਲ ਝੋਲੀ ਭਰ ਲਾ, ਉੱਥੇ ਜਾ ਕੇ ਮੰਗੀ ਨਾ ਆਪੇ ਦਿਓ। ਆਖੋ ਵਾਹਿਗੁਰੂ, ਕੀ ਨਾ ਕਰੀ ਆਪੇ ਦਿਓ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ, ਜੇ ਤੂੰ ਦੁੱਖ ਮਿਟਾਉਣੇ ਨੇ ਤਾਂ ਸਤਸੰਗ 'ਚ ਵਿਕੇ ਨਾਮ ਜਪਣਾ ਸ਼ੁਰੂ ਕਰ ਦੇ। ਜੇ ਕੋ ਆਪਣੀ ਸ਼ੋਭਾ ਲੋਰੇ ਇੱਥੇ ਆਣ ਕੇ ਆਪਣੇ ਆਪ ਨੂੰ ਮਿਟਾਉਣਾ ਸ਼ੁਰੂ ਕਰ ਦੇ, ਵਾਹਿਗੁਰੂ ਵਾਹਿਗੁਰੂ ਕਰਕੇ ਜਿਹੜੀ ਆਪਣੀ ਹੋਣ ਤੇਰੀ ਕਿੱਲਾ ਗੱਡਿਆ ਹੋਮੇ ਦਾ ਇਹਨੂੰ ਮਿਟਾਉਣਾ ਸ਼ੁਰੂ ਕਰ ਦੇ। ਆਖੋ ਵਾਹਿਗੁਰੂ। ਜੇ ਕੋ ਜਨਮ ਮਰਨ 'ਤੇ ਡਰੇ, ਵੇਖੋ ਸਾਰੀ ਲੋਕੇਸ਼ਨ ਦੱਸੀ ਵੀ ਜੇ ਆਹ ਕਰਨਾ ਹੀ ਇੱਥੇ ਆ ਜਾ, ਆਹ ਕੰਮ ਕਰ ਲਾ ਸਾਰਾ। ਜਿਸ ਜਨ ਕੋ ਪ੍ਰਭ ਨਾਨਕ ਤਾਕੇ, ਸਾਰੀ ਗੱਲ ਦੀ ਡਾਇਰੈਕਸ਼ਨ ਸਿੱਖਾ ਤੈਨੂੰ ਰੱਬ ਨੇ ਦਿੱਤੀ ਆ, ਤੈਨੂੰ ਭਟਕਾ ਦਿੱਤਾ ਗਿਆ। ਪੁੱਠਾ ਲਟਕਲਾ ਪਿੰਜਰੇ 'ਚ ਬਹਿ ਜਿਆ ਕਰ, ਠੰਡੇ ਪਾਣੀ 'ਚ ਬਹਿ ਜਿਆ ਕਰ, ਬਿਲਕੁਲ ਨਹੀਂ। ਸਿੱਖ ਨੇ ਕਿਸੇ ਠੰਡੇ ਪਾਣੀ 'ਚ ਨਹੀਂ ਬਹਿਣਾ, ਸਿੱਖ ਨੇ ਕਿਤੇ ਪਿੰਜਰੇ 'ਚ ਨਹੀਂ ਬਹਿਣਾ, ਸਿੱਖ ਨੇ ਕਿਤੇ ਰੋੜਾਂ ਦੇ ਉੱਤੇ ਨਹੀਂ ਬਹਿਣਾ, ਸਿੱਖ ਨੇ ਕੇਵਲ ਸਤਸੰਗਤ ਵਿੱਚ ਬਹਿਣਾ। ਮਿਲ ਤਿੱਥੇ ਜਾਏ ਬਹੁ ਸਤਸੰਗਤੀ, ਬੋਲੋ ਜਿੱਥੇ ਹਰ ਹਰ ਨਾਮ ਬਲੋਈਏ, ਹਰ ਕਾਰ ਇਤਨਾ ਰਿੜਕੀਏ, ਵਾਹਿਗੁਰੂ 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 ਵਾਹ। ਰਿੜਕੋ ਸਤਨਾਮ ਸ੍ਰੀ ਵਾਹਿਗੁਰੂ। ਦੇਖ ਤੁਮਾਰਾ ਦਰਸ਼ਨੋ ਮੇਰਾ ਮਨ, ਇਤਨਾ ਕਰੋ ਨਾ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ, ਮਨ ਧੀਰਜ ਵਿੱਚ ਆ ਜਾਏ। ਆਓ ਅੱਜ ਦੇ ਜਾਪ ਸਾਹਿਬ ਦੇ ਬਚਨਾਂ ਦੀ ਵਿਚਾਰ ਕਰੀਏ। ਲੜੀਵਾਰ ਜਿਹੜੀ ਕਥਾ ਚੱਲ ਰਹੀ ਉਹਦੇ ਵਿੱਚ ਜਿੱਥੋਂ ਤੱਕ ਮੇਰੇ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਗਏ, ਤੁਸਾਂ ਭਾਗਾਂ ਵਾਲਿਆਂ ਨੇ ਸੁਣੇ। ਆਖੋ ਵਾਹਿਗੁਰੂ। ਅੱਜ ਜਿਹੜਾ ਛੰਦ ਹੋਣ ਲੱਗਾ ਹੈ ਇਹਦਾ ਸਿਰਲੇਖ ਹੈ ਤੇਰਾ ਜ਼ੋਰ, ਤੇਰਾ ਤੇਰੀ ਪਾਵਰ ਕਿੱਥੇ ਕਿੱਥੇ, ਇਹਦਾ ਮਤਲਬ ਤੇਰੀ ਪਾਵਰ। ਕਈ ਵਾਰ ਕਿਤੇ ਕਹੀਏ ਨਾ ਵੀ ਉਹ ਗੱਲ ਕਿਤਨਾ ਹੋ ਗਈ, ਕਹਿੰਦੇ ਉੱਪਰ ਵਾਲਾ ਜਾਣੇ, ਕਹਿੰਦੇ ਉਹ ਇਹੀ ਸ਼ਬਦ ਕਹਿੰਦੇ। ਕਦੀ ਕਿਸੇ ਨੇ ਕਿਹਾ ਥੱਲੇ ਵਾਲਾ ਜਾਣੇ, ਇੱਥੇ ਬਾਬਾ ਕਹਿੰਦਾ ਤੇਰੀ ਪਾਵਰ ਜਲੇ ਹੈ। ਹੁਣ ਜਲ ਕਿੱਥੇ ਬੋਲਦੇ ਨਹੀਂ,
ਕਿਹਾ ਕਦੀ ਕਿਸੇ ਨੇ? ਕਦੀ ਸੁਣਿਆ ਜੇ ਕਿਸੇ ਕੋਲੋਂ ਵੀ ਥੱਲੇ ਵਾਲਾ ਜਾਣੇ? ਇੱਕ ਚੇਤਨਤਾ 'ਚ ਬਚਨ ਵਿਛਾ ਲਿਆ, ਉੱਤੇ ਵਾਲਾ, ਉੱਤੇ ਵਾਲਾ, ਉੱਤੇ ਵਾਲਾ, ਉੱਤੇ ਵਾਲਾ, ਉੱਪਰ ਵਾਲਾ ਹੀ ਜਾਣੇ ਜੀ। ਮੇਰਾ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਮੈਂ ਤੈਨੂੰ ਉੱਤੇ ਨਹੀਂ ਇਕੱਲਾ ਵੇਖਿਆ, ਮੈਂ ਤੈਨੂੰ ਪਹਿਲਾਂ ਜਲ ਵਿੱਚ ਵੇਖਿਆ, ਪਹਿਲਾਂ ਪਾਣੀ ਸੀ ਉਹ ਹੈ, ਉੱਥੇ ਬੈਠਾ ਹੈ ਤੂੰ। ਆਖੋ ਵਾਹਿਗੁਰੂ। ਫਿਰ ਤਾਂ ਵੇਖਿਆ, ਪਹਿਲਾਂ ਦੇ ਜੜ ਉੱਪਰ ਹੋਵੇ ਤਾਂ ਉੱਪਰ ਹੋਵੇ ਛਾਉਂ, ਪਹਿਲਾਂ ਦੇ ਜੜ ਅੰਦਰ ਹੋਵੇ ਤਾਂ ਉੱਪਰ ਹੋਵੇ। ਪਹਿਲਾਂ ਜੜ ਥੱਲੇ ਹੁੰਦੀ, ਪੌਦਾ ਬਾਅਦ 'ਚ ਬਣਦਾ ਹੈ। ਹਰ ਬੰਦਾ ਕਹਿੰਦਾ ਪੌਦਾ ਹੈ, ਜੜ ਦਾ ਕੋਈ ਨਾਂ ਹੀ ਨਹੀਂ ਲੈਂਦਾ, ਜਲੇ ਹੈ। ਹੇ ਵਾਹਿਗੁਰੂ, ਤੇਰੀ ਪਾਵਰ ਜਲ ਵਿੱਚ ਵੀ ਆ, ਤੂੰ ਉੱਥੇ ਵੀ ਸੁਭਾਵਾਨ ਆ। ਤੇਰੇ ਚਰਨਾਂ 'ਚ ਮੇਰੀ ਥੱਲੇ ਹੈ, ਆ ਥਲ ਧਰਤੀ ਦੇ ਉੱਤੇ, ਇੱਥੇ ਵੀ ਤੇਰੀ ਪਾਵਰ ਵਰਤਦੀ, ਤੇਰੇ ਚਰਨਾਂ 'ਚ ਮੇਰੀ ਹਾਜ਼ਰ ਰਹਿ ਕੇ ਐ ਲੱਕ ਸਿੱਧਾ ਕਰਕੇ। ਜੇ ਕੋਈ ਹੰਸ ਬਹਿੰਦੇ ਨਾ, ਹੰਸ ਬਹਿੰਦੇ ਜੇ ਕੋਈ ਸਰੋਵਰ 'ਤੇ, ਜੈਸੇ ਤੋਂ ਮਰਾਲ, ਮਰਾਲ ਬਣੇ ਹੰਸ, ਜੈਸੇ ਤੋਂ ਮਰਾਲ ਮਿਲ ਬੈਠਤ ਹੈ ਮਾਨ ਸਰੋਵਰ। ਬੋਲਿਆ ਕਰੋ, ਨਹੀਂ ਨਾ, ਜੈਸੇ ਮਰਾਲ ਬਣੇ ਹੰਸ, ਜੈਸੇ ਤੋਂ ਮਰਾਲ ਮਿਲ ਬੈਠਤ ਹੈ ਮਾਨ ਸਰੋਵਰ, ਮੁਕਤਾ ਅਮੋਲ ਮੋਤੀ, ਅਮੋਲਕ ਮੋਤੀ, ਖਾਏ ਖਾਏ ਬਿਕਸਾਤ ਹੈ, ਖਾਏ ਖਾਏ ਮੋਤੀ ਚੁੱਕ ਚੁੱਕ ਕੇ ਖੁਸ਼ ਹੁੰਦੇ। ਸਿੱਖਾਂ ਮੈਂ ਤੇਰੇ ਮੂੰਹ ਵੱਲ ਵੇਨਾ, ਤੂੰ ਤੇ ਇਤਨਾ ਪਿਆ ਸਤਸੰਗਤ 'ਚ ਆਣ ਕੇ, ਸਰੋਵਰ 'ਤੇ ਆਣ ਕੇ, ਉੱਤੋਂ ਮੋਤੀਆਂ ਦੀ ਵਰਖਾ ਹੋ ਰਹੀ। ਗੁਰ ਕਾ ਸ਼ਬਦ ਰਤਨ ਹੈ, ਹੀਰਿਆਂ ਰਤਨਾਂ ਦੀ ਵਰਖਾ ਹੋ ਰਹੀ, ਅਤੇ ਤੂੰ ਇੱਥੋਂ ਪਤਾ ਲੱਗਾ ਤੂੰ ਹੰਸ ਬਣ ਕੇ ਨਹੀਂ ਆਇਆ, ਤੂੰ ਨੇਮੀ ਬਣ ਕੇ ਆਇਆ। ਨੇਮ ਆ ਤੇਰਾ ਗੁਰਦੁਆਰੇ ਰੋਜ਼ ਆਉਣਾ, ਤੂੰ ਮੋਤੀ ਚੁਗਣ ਨਹੀਂ ਆਇਆ। ਹੰਸਾ ਹੀਰਾ ਮੋਤੀ ਚੁਗਣਾ, ਬੋਲੋ ਹੰਸਾ, ਹੰਸਾਂ ਨੇ ਆਣ ਕੇ ਹੀਰੇ ਮੋਤੀ ਚੁਗਣੇ। ਇੱਕ ਇੱਕ ਬਚਨ, ਹੁਕਮਨਾਮਾ ਸੁਣਨਾ, ਕੀਰਤਨ ਸੁਣਨਾ, ਕਥਾ ਸੁਣਨੀ, ਹੀਰੇ ਮੋਤੀ ਤਾਂ ਹੈਗੇ, ਮਗਰ ਤੇਰੀ ਆਦਤ ਇਸ ਤਰ੍ਹਾਂ ਦੀ ਨਹੀਂ ਬਣੀ ਵੀ ਤੂੰ ਹੀਰੇ ਚੁਗਣਾ ਵੇ ਬਣ। ਜਦੋਂ ਮੈਂ ਤੈਨੂੰ ਵੇਖਦਾ ਨਾ ਭੁੱਖਾ, ਜਿਹਨੇ ਹੀਰੇ ਚੁਗੇ ਨੇ ਨਾ, ਉਹਨਾਂ ਦੀਆਂ ਅੱਖਾਂ ਕਿਸੇ ਦਾ ਸਰੂਪ ਨਹੀਂ ਵੇਂਦੀਆਂ, ਨਹੀਂ ਪਤਾ ਲੱਗਾ। ਜਿਨ੍ਹਾਂ ਨੇ ਹੀਰੇ ਚੁਗੇ ਆ ਗੁਰੂ ਦੇ, ਪਰਤ ਰਿਹਾ ਰੂਪ, ਜਿਨ੍ਹਾਂ ਨੇ ਚੁਗ ਲਿਆ ਉਹਨਾਂ ਨੇ ਕਿਸੇ ਵੱਲ ਵੇਖਿਆ, ਕਿਉਂਕਿ ਬਚਨ ਨੇ ਰਜਾਤਾ। ਆਖ ਵਾਹਿਗੁਰੂ, ਜਿਨ੍ਹਾਂ ਨੇ ਹੀਰੇ ਚੁਗੇ ਕਰਨ ਨਾ ਸੁਣੇ ਕਾਹੂ ਕੀ, ਉਹਨਾਂ ਨੇ ਫਿਰ ਸੁਣੀ ਕਿਸੇ ਦੀ? ਕਮਾਲ ਦੀ ਗੱਲ ਆ, ਤੂੰ ਗੁਰਦੁਆਰੇ ਘੰਟਾ ਬਹਿ ਗਏ, ਬਾਹਰ ਜਾ ਕੇ ਫਿਰ ਤੇਰੇ ਕੰਨ ਦੇ ਵਿੱਚ ਗੱਡੀ 'ਚ ਬਹਿੰਦਿਆਂ ਨਾਲ ਦੀ ਸਵਾਰੀ ਨੇ ਆਖਿਆ, ਵੇਖਿਆ ਅਮਰਜੀਤ ਸਿੰਘ ਕਿਤਨਾ ਦੀ ਪੱਗ ਬੰਨ ਕੇ ਬੈਠਾ ਹੈ, ਸੁਣ ਲਈ ਨਾ ਨਿੰਦਾ ਕਿਸੇ ਦੀ? ਬਾਹਰ ਨਿਕਲਦਿਆਂ ਕੋਈ ਇਤਰਾਂ ਦੀ ਚੀਜ਼ ਵੇਖੀ, ਵੇਖ ਲਿਆ ਨਾ ਪਰਾਇਆ ਸਰੂਪ? ਇੱਥੋਂ ਚੁਗੇ ਹੁੰਦੇ ਮੋਤੀ, ਅਤੇ ਗੁਰੂ ਕਿਹਾ ਸਿੱਖਾ ਤੇਰੇ ਸਾਹਮਣੇ ਸੁੰਦਰ ਤੋਂ ਸੁੰਦਰ ਬੱਚੀਆਂ ਤੁਰੀਆਂ ਜਾਂਦੀਆਂ, ਤੂੰ ਕਹਿੰਦੇ ਹਰ ਕਾ ਰੂਪ ਹੈ, ਕੀ ਆ ਇਹਨਾਂ 'ਚ ਹਰੀ ਤਾਂ ਖਿੜਿਆ ਹੈ। ਹਰ ਫੁੱਲ ਦੀ ਗਰੋਥ ਥੱਲੇ ਕੀ ਹੈ? ਬੀਜ, ਅਤੇ ਸਾਰਿਆਂ ਜੀਆਂ ਦੇ ਅੰਦਰ ਬੀਜ ਕੀ ਆ? ਨਵੋਂ ਬੀਜ ਬੀਜੇ ਵਾਹਿਗੁਰੂ। ਕਮਾਲ ਹੋ ਗਈ, ਮੋਤੀ ਚੁਗਣ ਦੀ ਜਗ੍ਹਾ 'ਤੇ ਤੂੰ ਆਣ ਕੇ ਐ ਢਿੱਲਾ ਜਿਹਾ ਢੋਲ ਲਾਉਣ ਦੀ ਆਦਤ ਪਾ ਲਈ, ਪਤਾ ਨਹੀਂ ਕੀ ਹੋ ਗਿਆ ਸਿੱਖ ਨੂੰ,
ਕੁਰਸੀਆਂ ਡਾਹ ਲਈਆਂ ਗੁਰਦੁਆਰੇ, ਢੋਆਂ ਲਾ ਲਈਆਂ ਕਿਤੇ ਗੁਰਦੁਆਰੇ ਦੇ ਵਿੱਚ ਚਾ ਅੱਜ ਮਜਨੂ ਕੇ ਟਿੱਲਾ ਸਾਹਿਬ ਇੱਕ ਸਿੱਖ ਨਹੀਂ ਸੀ, ਗ੍ਰੰਥੀ ਸਾਹਿਬ ਸੀ ਜਾਂ ਸੇਵਾਦਾਰ ਸੀ। ਸਿੱਖਾਂ ਇੰਨੀ ਬੇਰੁਖੀ, ਇੱਕ ਸਰਕਾਰਾਂ ਨੇ ਉੱਥੇ ਦੀਵਾਰ ਹੀ ਇਸ ਤਰ੍ਹਾਂ ਦੀ ਕਰਤੀ, ਰਾਹ ਹੀ ਬੰਦ ਕਰਤਾ। ਜਿੰਨੇ ਜਾਣਾ ਵਿਚਾਰੇ ਨੇ ਵਜ਼ੀਰਾਪੁਰ ਤੋਂ ਵਜ਼ੀਰਾਬਾਦ ਤੋਂ ਮੁੜ ਕੇ ਆਉਣਾ ਹੈ, ਅਗਲਾ ਕਹਿੰਦਾ ਚੱਲ ਹੋਰ ਕਿਤੇ ਮੱਥਾ ਟੇਕ ਲਾਂਗੇ। ਐਡਾ ਵੱਡਾ ਅਸਥਾਨ, ਆਖੋ ਵਾਹਿਗੁਰੂ, ਜਿਹਦੀ ਕੋਈ ਪ੍ਰੇਮ ਕਹਾਣੀ ਬੋਲਦੀ ਸੀ ਉੱਥੇ, ਸੁਣੀ ਕਦੀ? ਘਾਹ ਖੋਦਣ ਵਾਲਾ ਅੱਖ ਵਾਹਿਗੁਰੂ, ਘਾਹ ਖੋਦਣ ਵਾਲਾ ਗੁਰੂ ਕਾ ਸਿੱਖ, ਅਤੇ ਘਾਹ ਖੋਦਦਾ ਖੋਦਦਾ ਜਦੋਂ ਘਾਹ ਖੋਦ ਕੇ ਪੰਡ ਚੁੱਕ ਕੇ ਮੰਡੀ ਨੂੰ ਤੁਰਿਆ, ਸੁਣ ਰਹੇ ਹੋ ਸਾਰੇ? ਮੰਡੀ ਨੂੰ ਤੁਰਿਆ ਅਤੇ ਰਸਤੇ ਦੇ ਵਿੱਚ ਕਿਸੇ ਨੇ ਆਖਿਆ ਕਿੱਥੇ ਚੱਲਿਆ ਹੈ? ਕਹਿੰਦਾ ਮੈਂ ਮੰਡੀ ਵਿੱਚ ਘਾਹ ਵੇਚਣ ਚੱਲਿਆ। ਫਿਰ ਕੀ ਹੋਊ? ਬੱਚਿਆਂ ਨੂੰ ਰੋਟੀ ਖਵਾਊ? ਫਿਰ ਕੀ ਹੋਊ? ਬੱਚਿਆਂ ਦਾ ਭੋਲਣ ਪਾਛਣ ਪਾਲਣ ਪੋਛਣ ਹੋਊਗਾ? ਉੱਥੇ ਚੱਲਿਆ। ਉਹਨੇ ਸਿੱਖ ਨੇ ਆਖਿਆ ਪਾਲਿਆ, ਬੱਚੇ ਹੀ ਪਾਲਦਾ ਰਹੇਗਾ। ਅੱਜ ਸਰਕਾਰ ਆਈ ਆ, ਗੁਰੂ ਹਰਗੋਬਿੰਦ ਸਾਹਿਬ ਆਏ ਨੇ ਦਿੱਲੀ ਦੇ ਵਿੱਚ, ਕਿੱਥੇ ਨੇ? ਨਾਂ ਸੁਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਦਾ, ਇੱਥੇ ਮਜਨੂੰ ਢਿੱਲੇ ਆਏ ਨੇ ਕੋਲ ਹੀ। ਕੋਲ ਹੀ ਆਏ ਨੇ, ਘਾਹ ਖੋਦਿਆ ਅਤੇ ਇੱਕ ਟਕਾ ਮਿਲਿਆ। ਇੱਥੇ ਕੋਈ ਪ੍ਰੇਮ ਕਹਾਣੀ ਬੋਲਦੀ? ਆਖੋ ਵਾਹਿਗੁਰੂ, ਟਕਾ ਮਿਲਿਆ। ਉਹ ਟਕਾ ਕਹਿਣ ਲੱਗਾ ਅੱਜ ਬੱਚਿਆਂ ਨੂੰ ਰੋਟੀ ਨਹੀਂ ਖਵਾ। ਇੱਥੋਂ ਤੱਕ ਸੌਦਾ ਕਰ ਲੈਂਦੇ ਸਿੱਖ, ਅੱਜ ਬੱਚੇ ਭੁੱਖੇ ਰਹਿ ਜਾਣਗੇ, ਕੋਈ ਗੱਲ ਨਹੀਂ। ਇੱਕ ਟਕਾ ਚੜ੍ਹਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੀਸ ਲੈਣੀ, ਜਿਹਦੇ ਨਾਲ ਕੁਲਾਂ ਤਰ ਜਾਣਗੀਆਂ। ਹੁਣ ਇਸ ਜਗ੍ਹਾ 'ਤੇ ਦੋ ਤੰਬੂ ਲੱਗੇ ਆ, ਇਸ ਤਰ੍ਹਾਂ ਪ੍ਰੇਮ ਦੀ ਕਹਾਣੀ ਇੱਕ ਬੜੀ ਪਿਆਰੀ। ਇੱਥੋਂ ਦੀ ਦੋ ਤੰਬੂ ਲੱਗੇ, ਇੱਕ ਦਿੱਲੀ ਦੇ ਪਾਤਸ਼ਾਹ ਦਾ ਲੱਗਾ ਹੈ, ਇੱਕ ਦੀਨ ਦੁਨੀਆ ਦੇ ਪਾਤਸ਼ਾਹ ਦਾ ਲੱਗਾ ਹੈ। ਇੱਕ 'ਚ ਪਾਤਸ਼ਾਹ ਬੈਠਾ ਹੈ, ਇੱਕ 'ਚ ਬਾਦਸ਼ਾਹ ਬੈਠਾ ਹੈ। ਅਤੇ ਦੋ ਗੱਲਾਂ ਚੇਤੇ ਰੱਖਿਓ, ਬਾਦਸ਼ਾਹ ਬਦੀਆਂ ਕਰਕੇ ਬਣੀਦਾ ਹੈ, ਨਹੀਂ ਪਤਾ ਲੱਗਾ? ਈਵੀਐਮ ਦੀਆਂ ਮਸ਼ੀਨਾਂ ਬਦਲ ਕੇ ਬਣੀਦਾ ਹੈ, ਲੋਕਾਂ ਦਾ ਕਤਲ ਕਰਕੇ ਅਫਸਰ ਖਰੀਦ ਕੇ ਬਣੀਦਾ ਬਾਦਸ਼ਾਹ, ਅਤੇ ਪਾਤਸ਼ਾਹ ਬਣੀਦਾ ਲੋਕਾਂ ਦੀ ਪੱਤ ਢੱਕ ਕੇ। ਦੋ ਤੰਬੂ ਲੱਗੇ, ਇੱਕ ਪਾਤਸ਼ਾਹ ਦਾ, ਹੁਣ ਇਹਨੇ ਦੇਣੀ ਆ ਜਿਹੜੀ ਦੋ ਪੈਸੇ ਦਾ ਸਿੱਕਾ ਦੇਣਾ ਹੈ ਪਾਤਸ਼ਾਹ ਨੂੰ। ਮਗਰ ਉਹਦੇ ਸਿਰ 'ਤੇ ਵੀ ਕਲਗੀ, ਜਿਹੜਾ ਦੁਨਿਆਵੀ ਬਾਦਸ਼ਾਹ ਉਹਦੇ ਸਿਰ 'ਤੇ ਵੀ ਕਲਗੀ, ਉਹਦਾ ਠਾਠ ਬਾਠ ਵੀ ਓਡਾ ਹੀ, ਪਹਿਰੇ ਉਹਦੇਦਾਰ ਵੀ ਖਲੋਤੇ, ਪਹਿਰੇਦਾਰ ਇੱਧਰ ਵੀ ਖਲੋਤੇ, ਪਤਾ ਨਹੀਂ ਸੀ। ਬਾਦਸ਼ਾਹ ਦੇ ਤੰਬੂ 'ਚ ਵੜ ਗਿਆ, ਆਖੋ ਵਾਹਿਗੁਰੂ, ਗੱਜ ਕੇ ਬੋਲੋ। ਬਾਦਸ਼ਾਹ ਦੇ ਤੰਬੂ ਦੇ ਵਿੱਚ ਜਾ ਕੇ ਉਹ ਜਿਹੜਾ ਟਕਾ ਸੀ ਨਾ, ਕਈ ਵਾਰ ਜਮਨਾ ਨਦੀ ਦੇ ਵਿੱਚੋਂ ਮਲ ਮਲ ਕੇ ਧੋਤਾ ਸੀ, ਵੀ ਇਹ ਮੈਂ ਭੇਟਾ ਆਪਣੇ ਅੱਜ ਸਤਿਗੁਰੂ ਅੱਗੇ ਰੱਖਣੀ। ਜਾ ਕੇ ਉਹ ਟਕਾ ਦਿੱਲੀ ਦੇ ਬਾਦਸ਼ਾਹ ਦੇ ਅੱਗੇ ਰੱਖਤਾ, ਪਤਾ ਨਹੀਂ ਸੀ। ਪਤਾ ਲੱਗ ਰਿਹਾ ਵੀ ਦਿੱਲੀ ਦੇ ਪਤਾ ਨਹੀਂ ਸੀ ਵੀ ਬਾਦਸ਼ਾਹ ਅਤੇ ਪਾਤਸ਼ਾਹ ਕੌਣ ਕੌਣ ਨੇ, ਕਿਹੜਾ ਬਾਦਸ਼ਾਹ ਅਤੇ ਕਿਹੜਾ, ਕਦੀ ਵੇਖਿਆ ਨਹੀਂ। ਅਤੇ ਦਿੱਲੀ ਦੇ ਬਾਦਸ਼ਾਹ ਨੇ ਆਖਿਆ ਟਕਾ ਮੇਰੇ ਅੱਗੇ ਮੱਥਾ ਟੇਕਿਆ, ਦੱਸ ਸਿੱਖਾ ਕੀ ਚਾਹੀਦਾ ਏ? ਅਤੇ ਸਿੱਖ ਨੇ ਹੱਥ ਜੋੜ ਕੇ ਆਖਿਆ, ਕਰ ਜੋੜ ਨਾਨਕ ਦਾਨ ਮੰਗੇ, ਜਨਮ ਮਰਨ ਨਿਵਾਰ ਲਿਓ, ਆਹ ਚਾਹੀਦਾ ਜੀ ਮੈਨੂੰ, ਜੰਮਣ ਮਰਨ ਨਿਵਾਰ ਦਿਓ। ਉਸੇ ਵੇਲੇ ਬਾਦਸ਼ਾਹ ਨੂੰ ਪਤਾ ਲੱਗ ਗਿਆ
ਇਹ ਗਾਹਕ ਮੇਰਾ ਨਹੀਂ, ਕਿੰਨਾ ਇਮਾਨਦਾਰ ਹੋਊਗਾ ਅੱਜ ਵਾਲਾ ਹੁੰਦਾ ਤੇ ਆ ਸਾਰਿਆਂ ਨੂੰ ਰੱਖ ਹੀ ਲਿਆ ਗੋਦ ਚ ਉਹਨੇ। ਆਖੋ ਵਾਹਿਗੁਰੂ, ਆਖਣ ਲੱਗਾ ਜਿਹੜੀ ਚੀਜ਼ ਤੂੰ ਮੰਗੀ ਉਹ ਮੇਰੇ ਕੋਲ ਨਹੀਂ, ਉਹ ਅਗਲੇ ਤੰਬੂ ਦੇ ਵਿੱਚ ਬੈਠਾ ਹੈ ਜਿਹੜਾ ਜੰਮਣ ਅਤੇ ਮਰਨ ਦੇ ਬੰਧਨ ਕੱਟਦਾ ਹੈ। ਟਕਾ ਚੁੱਕਿਆ, ਬਾਦਸ਼ਾਹ ਨੇ ਬੜੇ ਤਰਲੇ ਪਾਏ, ਸਿੱਖਾ ਵੇਖ ਮੈਂ ਕਿਸੇ ਅੱਗੇ ਕਦੀ ਹੱਥ ਨਹੀਂ ਜੋੜੇ, ਮੇਰੇ ਵਜ਼ੀਰ ਕੋਲ ਬੈਠੇ, ਮੇਰੀ ਫੌਜ ਕੋਲ ਬੈਠੀ, ਜੇ ਤੂੰ ਮੇਰੇ ਅੱਗੋਂ ਭੇਟਾ ਚੁੱਕਦਾ ਹੈ ਉਹਦੇ 'ਚ ਮੇਰੀ ਤੁਹੀਨ ਆ ਬਾਦਸ਼ਾਹ ਦੀ, ਇਸ ਟਕੇ ਦੇ ਮੁਤਾਬਕ ਜੋ ਤੈਨੂੰ ਦੁਨੀਆ ਦੀ ਦੌਲਤ ਚਾਹੀਦੀ, ਕਸ਼ਮੀਰ ਦਾ ਬਾਦਸ਼ਾਹ ਬਣਾ ਦੇਣਾ, ਕਿਸੇ ਇਲਾਕੇ ਦਾ ਬਾਦਸ਼ਾਹ ਬਣਾ ਦੇਣਾ, ਮਗਰ ਟਕਾ ਨਾ ਚੁੱਕ। ਉਹਨੇ ਕਿਹਾ ਨਾ ਬਈ, ਇਹ ਟਕਾ ਮੈਂ ਦਸਾਂ ਨਵਾਂ ਦੀ ਘਾਹ ਖੋਦ ਕੇ ਲਿਆਂਦਾ, ਅਤੇ ਇਹ ਅਮਾਨਤ ਆ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਜੀ, ਜਿਸ ਕੀ ਵਸਤ, ਜਿਹਦੀ ਵਸਤੂ ਆ ਉਹਦੇ ਅੱਗੇ ਰੱਖੂੰ। ਚੁੱਕ ਲਿਆ ਟਕਾ, ਟਕਾ ਚੁੱਕ ਕੇ ਲਿਆ ਕੇ ਨਾਲ ਦੇ ਤੰਬੂ 'ਚ ਕਿਸੇ ਨੂੰ ਪੁੱਛਿਆ, ਸ਼ਹਿਨਸ਼ਾਹ ਦਾ ਡੇਰਾ ਕਿੱਥੇ ਆ? ਆਖੋ ਵਾਹਿਗੁਰੂ, ਪਾਤਸ਼ਾਹ ਦਾ ਡੇਰਾ ਕਿੱਥੇ? ਉਹਨੇ ਹੱਥ ਕੀਤਾ, ਇਸ ਤੰਬੂ ਦੇ ਵਿੱਚ ਬੈਠਾ ਹੈ। ਵੱਡ ਜੋਧਾ ਬੋ ਪਾਰੇ ਉਪਕਾਰੀ, ਵੱਡ ਜੋਧਾ ਬੋ ਪਾਰੇ ਉਪਕਾਰੀ, ਵੱਡ ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ, ਦਲ ਇਸ ਤੰਬੂ 'ਚ ਬੈਠਾ ਉਹ ਦੋ ਜਹਾਨ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ। ਟਕਾ ਲੈ ਗਿਆ, ਆਖੋ ਵਾਹਿਗੁਰੂ, ਟਕਾ ਅਤੇ ਇੱਧਰ ਜਿਹੜਾ ਇਸ ਤੰਬੂ 'ਚ ਬੈਠਾ ਸੀ ਨਾ ਦੋ ਜਹਾਨ ਦਾ ਮਾਲਕ, ਉਹ ਬਿਨਾਂ ਦੇਖਣ ਤੋਂ ਵੀ ਵੇਖ ਰਿਹਾ ਸੀ ਵੀ ਇਹਨੇ ਬਾਦਸ਼ਾਹ ਅੱਗੋਂ ਟੱਕਾ ਚੁੱਕ ਲਿਆ ਹੈ, ਇਹਨੂੰ ਮੇਰੇ ਨਾਲ ਇੰਨਾ ਪਿਆਰ ਆ, ਇਹ ਜੰਮਣ ਮਰਨ ਦੇ ਚੱਕਰਾਂ ਦੇ ਵਿੱਚੋਂ ਸਿਰ ਕਲਮ ਹੋਣ ਦੇ ਡਰ ਤੋਂ ਵੀ ਡਰਿਆ ਨਹੀਂ, ਇਹਨੂੰ ਮੇਰੇ ਨਾਲ ਇੰਨਾ ਪਿਆਰ ਆ। ਅਤੇ ਜਦੋਂ ਟਕਾ ਲੈ ਕੇ ਤੰਬੂ 'ਚ ਵੜਿਆ ਅਤੇ ਇਤਰਾਂ ਗੁਰੂ ਹਰਗੋਬਿੰਦ ਸਾਹਿਬ ਨੇ ਬਾਹਾਂ ਕੀਤੀਆਂ, ਆ ਸਿੱਖਾ ਤੇਰੇ ਵਰਗੇ ਸਿਦਕੀ ਸਿੱਖ ਚਾਹੀਦੇ। ਕਹੂ ਹਰ ਸਮਾਨ ਨਹੀਂ ਰਾਜਾ, ਤੈਨੂੰ ਪਤਾ ਲੱਗ ਗਿਆ ਸੱਚੀ ਪਾਤਸ਼ਾਹੀ ਕਿਹੜੀ ਆ। ਉਸ ਪਰਮ ਸ਼ਕਤੀ ਨੂੰ ਕਹਿ ਰਹੇ ਜਲੇ ਹੈ, ਇੱਥੇ ਵੀ ਧਰਤੀ 'ਤੇ ਵੀ ਹੈਗੀ ਆ, ਥਲ ਵਿੱਚ ਵੀ ਹੈਗੀ ਆ, ਜਲ ਵਿੱਚ ਵੀ ਹੈਗੀ ਆ, ਤੇਰੇ ਚਰਨਾਂ 'ਚ ਮੇਰੀ ਅਪੀਤ ਹੈ, ਭੈ ਭੀਤ ਨਹੀਂ, ਤੂੰ ਕਿਸੇ ਤੋਂ ਡਰਿਆ ਨਹੀਂ ਗਾ, ਜਲ ਵੀ ਅਤੇ ਥਲ ਵਿੱਚ ਵੀ ਜਿੱਥੇ ਜਿੱਥੇ ਤੂੰ ਵਿਚਰਦਾ ਹੈ ਤੂੰ ਕਿਸੇ ਤੋਂ ਡਰਦਾ ਨਹੀਂ, ਤੇਰੇ ਚਰਨਾਂ 'ਚ ਮੇਰੀ, ਸਾਰੇ ਬੋਲਿਆ ਕਰੋ, ਤੇਰੇ ਚਰਨਾਂ 'ਚ ਮੇਰੀ ਅਭੇਦ ਹੈ, ਤੇਰਾ ਭੇਦ ਨਹੀਂ ਕੋਈ ਪਾ ਸਕਦਾ, ਸੱਚਮੁੱਚ ਹੀ ਨਹੀਂ ਪਾ ਸਕਦਾ। ਬੜੇ ਲੱਗੇ ਖੋਜ ਥੱਕੇ ਸਭੀ ਖੁਜ ਆਸਰ, ਹਰ ਪਰੇ ਹਰ ਹੱਥ ਨਾ, ਕਿਸੇ ਦੇ ਹੱਥ ਨਹੀਂ ਆਇਆ ਭੇਦ ਪਾਉਣ ਵਾਲੇ, ਕੋਈ ਬੋਲੇ ਰਾਮ ਰਾਮ ਭੇਦ ਪਾਉਣ ਲਈ, ਕੋਈ ਖੁਦਾਏ, ਕੋਈ ਸੇਵੇ ਗੁਸਾਈਆਂ, ਕੋਈ ਅਲਾਏ, ਇਹ ਸਾਰੇ ਜ਼ੋਰ ਲਾਉਂਦੇ ਰਹੇ ਮਗਰ ਕਿਸੇ ਨੇ ਭੇਦ ਨਹੀਂ ਪਾਇਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲਖਿਓ ਕਾਹੂ ਪਛਾਂ ਕੋ, ਕਹੂ ਬਤਾਨ ਕੋ ਕਹੂ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ। ਕਿਸੇ ਨੂੰ ਭੇਦ ਦਾ ਨਹੀਂ ਪਤਾ ਲੱਗਾ ਸਾਹਿਬ ਜੀ, ਰਾਮ ਬੋਲਣ ਵਾਲਿਆਂ ਨੂੰ, ਅੱਲਾ ਬੋਲਣ ਵਾਲਿਆਂ ਨੂੰ,
ਸਾਰਿਆਂ ਨੂੰ ਕਹਿੰਦੇ ਭਾਈ ਜਿੰਨਾ ਮਰਜ਼ੀ ਰਾਮ ਜਪ ਲਓ, ਕਿੰਨਾ ਮਰਜ਼ੀ ਤੁਸੀਂ ਅੱਲਾ ਅੱਲਾ ਕਰ ਲਓ, ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਹਨੇ ਰੱਬ ਦੇ ਹੁਕਮ ਨੂੰ ਨਹੀਂ ਨਾ ਪਛਾਣਿਆ ਉਹਨੇ ਉਹਦੇ ਭੇਤ ਨੂੰ ਵੀ ਨਹੀਂ ਜਾਣਿਆ। ਜਪਣ ਵਾਲੇ ਬਹੁਤ ਸਨੇ, ਆਖੋ ਵਾਹਿਗੁਰੂ। ਕਹੋ ਨਾਨਕ ਜਿਨ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਪਰਮੇਸ਼ੁਰ ਦਾ ਭੇਦ ਉਹਨੇ ਜਾਣਿਆ ਜਿਹਨੇ ਉਹਦੇ ਹੁਕਮ ਨੂੰ ਪਛਾਣਿਆ। ਕੀ ਹੁਕਮ ਹੈ ਉਹਦਾ? ਗੁਰ ਸਤਿਗੁਰ ਕਾ। ਸਿੱਖ ਲਈ ਕੀ ਹੁਕਮ ਆ? ਬੋਲੋ ਨਾ, ਗੁਰ ਸਤਿਗੁਰ ਕਾ। ਸੋ ਭਲਕੇ ਉੱਠ ਉਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਾਵੇ ਫਿਰ ਚੜ੍ਹੇ ਦਿਵਸ। ਇਹ ਗੁਰੂ ਦਾ ਹੁਕਮ ਆ, ਜਿਹਨੇ ਇਸ ਹੁਕਮ ਨੂੰ ਪਛਾਣਿਆ ਉਹਨੇ ਉਹਦੇ ਭੇਤ ਨੂੰ ਵੀ ਪਾ ਲਿਆ। ਗੱਲਾਂ ਨਾਲ ਨਹੀਂ, ਆਖੋ ਵਾਹਿਗੁਰੂ। ਗੱਲਾਂ ਨਾਲ ਨਹੀਂ, ਆਪਣੀ ਦੌੜ ਇੰਨੀ ਰਹਿ ਗਈ, 10 ਰੁਪਈਏ ਗੋਲਕ ਵਿੱਚ ਪਾਉਣੇ ਨੇ, 10 ਰਾਗੀ ਢਾਡੀ ਦੇ ਪੇਟੀ ਦੇ ਵਿੱਚ ਪਾਉਣੇ ਨੇ। ਮੈਂ ਦੇ ਕੇ ਚੱਲਿਆ ਸੱਜਣੋ, ਭੇਤ ਕਿੱਥੇ ਪਾ ਲਓਗੇ? ਭੇਦ ਉਹਨੇ ਪਾਇਆ, ਕਹੋ ਨਾਨਕ ਜਿਨ ਹੁਕਮ ਪੁੱਛਿਆ। ਰੱਬ ਦਾ ਮੇਰੇ ਪ੍ਰਤੀ ਹੁਕਮ ਕੀ ਹੈ? ਕੀ ਹੁਕਮ ਹੈ ਸਿੱਖ ਨੂੰ? ਹੁਕਮ ਤਾਂ ਇਹੀ ਹੈ ਨਾ, ਚਲਾਂਗੇ ਉੱਠ, ਅੰਮ੍ਰਿਤ ਵੇਲੇ ਉੱਠ ਕੇ ਕੀ ਕਰਿਆ ਕਰ, ਅਤੇ ਨਾਮ ਜਪਣ ਦੇ ਤਾਂ ਲੱਗ ਆਉਂਦੀ ਨਹੀਂ ਨੰਗ ਦਾ ਸਿੱਖ। ਆਖੋ ਵਾਹਿਗੁਰੂ। ਇਹ ਬਚਨ ਸਾਰੀ ਮਨੁੱਖਤਾ ਲਈ ਕਹੇ ਨੇ, ਭਾਵੇਂ ਤੂੰ ਕੰਨ ਪੜਵਾ ਲਾ, ਭਾਵੇਂ ਜੋਗੀ ਪਾ ਲਾ, ਭਾਵੇਂ ਜੋਗੀ ਬਣ ਜਾ, ਭਾਵੇਂ ਤੂੰ ਸੁਨਤ ਕਰਾ ਕੇ ਮੁਸਲਮਾਨ ਬਣ ਜਾ। ਸੱਜਣਾ, ਅੱਲਾ ਕਹਿਣ ਨਾਲ ਵੀ ਰੱਬ ਨਹੀਂ ਮਿਲਣਾ। ਮੈਂ ਨਹੀਂ ਕਹਿ ਰਿਹਾ, ਪੰਜਵੇਂ ਪਾਤਸ਼ਾਹ ਕਹਿ ਰਹੇ, ਕੋਈ ਬੋਲੇ ਰਾਮ ਰਾਮ ਕੋਈ ਖੁਦਾ, ਕੋਈ ਸੇਵੇ ਗੁਸਈਆ ਕੋਈ, ਕੋਈ ਉੱਡੇ ਨੀਲ ਕੋਈ ਸਫੇਦ। ਕੋਈ ਨੀਲੇ ਕੱਪੜੇ ਪਾ ਰਿਹਾ, ਕੋਈ ਚਿੱਟੇ ਕੱਪੜੇ ਪਾ ਰਿਹਾ, ਇਤਰਾਂ ਵਿਖਾਇਆ ਗੂਠਾ। ਇਹ ਨੀਲੇ ਕੱਪੜੇ ਅਤੇ ਸਫੈਦ ਕੱਪੜੇ ਪਾਉਣਾ ਵੀ ਨਹੀਂ ਮਿਲਣਾ, ਰਾਮ ਰਾਮ ਅੱਲਾ ਅੱਲਾ ਕਹਿਣਾ ਵੀ ਨਹੀਂ ਮਿਲਣਾ। ਰਾਮ ਅੱਲਾ ਕਹਿਣ ਦੇ ਨਾਲ ਗੁਰੂ ਕਿਆ ਸਿੱਖਾ, ਜਿਹੜੀ ਸਭ ਤੋਂ ਜ਼ਰੂਰੀ ਗੱਲ ਕਹੀ ਉਹ ਆ ਰੱਬ ਦਾ ਹੁਕਮ ਪਛਾਨਣਾ। ਰੱਬ ਦਾ ਤੈਨੂੰ ਹੁਕਮ ਕੀ ਆ, ਕੀ ਕਰਨਾ ਹੈ? ਦੇਖ ਪਰਾਈਆਂ ਚੰਗੀਆਂ, ਜੇ ਹੁਕਮ ਮੰਨਿਆ ਨਹੀਂ ਤਾਂ ਪ੍ਰਾਪਤੀ ਨਹੀਂ, ਐਵੇਂ ਚੱਕਰਾਂ 'ਚ ਨਹੀਂ ਪੈਣਾ। ਸਾਹਿਬ ਕਹਿੰਦੇ ਅਭੇ ਹੈ ਤੇਰਾ ਕਿਸੇ ਨੇ, ਪ੍ਰਭੂ ਹੈ ਸਾਰਿਆਂ ਦਾ ਸੁਆਮੀ ਹੈ, ਪ੍ਰਭੂ ਸੁਆਮੀ ਮੇਰੇ ਮਾਲਕ, ਮੇਰੀ ਨਮਸਕਾਰ ਆ ਤੇਰੇ ਚਰਨਾਂ 'ਚ, ਤੂੰ ਇੱਕ ਦਾ ਨਹੀਂ, ਦੋ ਦਾ ਨਹੀਂ, ਤਿੰਨ ਦਾ ਨਹੀਂ, ਚਾਰ ਦਾ ਨਹੀਂ। ਆਖੋ ਵਾਹਿਗੁਰੂ। ਸਾਡਾ ਸ਼ਿਵ, ਸਾਡਾ ਮੁਹੰਮਦ ਸਾਹਿਬ, ਸਾਡਾ ਈਸਰ, ਜਿਨ੍ਹਾਂ ਨੇ ਸਾਡਾ ਸਾਡਾ ਕਰਕੇ ਮੰਨਿਆ, ਇਹਨੂੰ ਸਾਰੀ ਕਾਇਨਾਤ ਕਹਿੰਦੀ ਆ, ਤੂੰ ਸਾਂਝਾ ਸਾਹਿਬ, ਇਹ ਆ ਉਹ ਜਿਹੜਾ ਸਾਰੀ ਕਾਇਨਾਤ ਦਾ ਸਾਂਝਾ ਹੈ, ਜਿਹਨੂੰ ਗੋਡ ਕਹਿੰਦੇ, ਉਹਨੂੰ ਸ਼ਬਦ ਕਹਿੰਦੇ। ਹੁਣ ਤੁਸੀਂ ਇੰਗਲੈਂਡ ਵਿੱਚ ਜਾ ਕੇ ਵੇਖ ਲਓ, ਵੱਡੇ ਵੱਡੇ ਸਟੋਰਾਂ ਦੇ ਉੱਤੇ ਇਸਾਈਆਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਹੈ, ਸ਼ਬਦੀ ਗੁਰੂ ਆ। ਤੁਸਾਂ ਲਿਖਿਆ ਨਾ, ਬੋਲੋ ਮੈਂ ਕੀ ਕਿਹਾ, ਤੁਸਾਂ ਆਪਣੀਆਂ ਦੁਕਾਨਾਂ 'ਤੇ ਜਿਨ੍ਹਾਂ ਦਾ ਗੁਰੂ ਕਹਿ ਕੇ ਗਿਆ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਤੁਹਾਡੀਆਂ ਫੈਕਟਰੀਆਂ 'ਤੇ ਸ਼ਬਦ ਦਾ ਨਾਮ ਨਹੀਂ। ਇਹ ਜੀ ਵਿਸ਼ਕਰਮਾ ਦੀ ਫੋਟੋ ਆ ਜੀ, ਇਹ ਜੀ ਬਾਬਾ ਰਾਧਾ ਸਵਾਮੀ ਦੀ ਫੋਟੋ ਆ ਜੀ,
ਕਿਸੇ ਲੇਖੇ 'ਚ ਨਹੀਂ, ਦੀਵਾਨ ਲੇਖੇ ਨਾ ਪੜਿਆ, ਉਸ ਮਾਲਕ ਦੇ ਦਰਬਾਰ 'ਚ ਕੋਈ ਲੇਖੇ 'ਚ ਨਹੀਂ ਪੈਣਾ। ਉਹ ਬੰਦਾ ਲੇਖੇ ਵਿੱਚ ਪਊਗਾ ਜਿਹਦੀ ਦੁਕਾਨ ਦੇ ਉੱਤੇ ਲਿਖਿਆ ਸ਼ਬਦ ਗੁਰੂ ਆ, ਬਸ ਸ਼ਬਦ ਗੁਰੂ ਆ। ਪ੍ਰਭੂ ਹੈ ਸਾਰਿਆਂ ਦਾ ਸਵਾਮੀ ਹੈ, ਮਾਲਕ ਹੈ, ਅਜੂ ਹੈ, ਜਨਮ ਤੋਂ ਰਹਿਤ ਹੈ। ਆਖੋ ਵਾਹਿਗੁਰੂ, ਜਨਮ ਤੋਂ ਵੀ ਰਹਿਤ ਆ ਤੇਰੇ ਚਰਨਾਂ 'ਚ ਮੇਰੀ। ਆਦੇਸ਼ ਹੈ ਤੇਰਾ ਕੋਈ ਖਾਸ, ਹਿੰਦੁਸਤਾਨ 'ਚ ਨਹੀਂ ਤੇਰਾ, ਪਾਕਿਸਤਾਨ 'ਚ ਨਹੀਂ। ਮੁਸਲਮਾਨ ਕਹਿੰਦਾ ਏ ਪੱਛਮ ਵਿੱਚ ਰੱਬ ਰਹਿੰਦਾ, ਸਾਊਦੀ ਅਰਬ ਵਿੱਚ, ਹੋਰ ਕਿਤੇ ਨਹੀਂ। ਕੀ ਕਹਿੰਦਾ ਹੈ ਬੋਲੋ ਨਾ, ਬੜੇ ਹੌਲੀ ਬੋਲਦੇ ਹੋ। ਸਾਊਦੀ ਅਰਬ ਵਿੱਚ ਸਾਡਾ ਖੁਦਾ ਏ, ਹੋਰ ਤਾਂ ਕਿਤੇ ਹੈ ਹੀ ਨਹੀਂ। ਜਿੱਥੇ ਨਮਾਜ਼ ਅਦਾ ਕਰੂਗਾ ਮੁਸਲਮਾਨ, ਪੱਛਮ ਵੱਲ ਨੂੰ ਸਿਰ ਕਰਕੇ ਕਰੂ। ਆਖੋ ਵਾਹਿਗੁਰੂ। ਇਹ ਸਰਦਾਰ ਕੀ ਕਹਿੰਦੇ ਇੰਡੀਆ ਵਾਲੇ, ਦੱਖਣ ਦੇਸ਼ ਹਰੀ ਕਾ ਬਾਸਾ। ਇਹ ਕਹਿੰਦੇ ਦੱਖਣ ਵਿੱਚ ਆ, ਇਹਨਾਂ ਦਾ ਕੋਈ ਮੰਦਿਰ ਆ ਜਿੱਥੇ ਕਹਿੰਦੇ ਉੱਥੇ ਰੱਬ ਰਹਿੰਦਾ ਹੈ। ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅਲੋ ਮਕਾਮਾ। ਉਹ ਕਹਿੰਦੇ ਅੱਲਾ ਦਾ ਮੁਕਾਮ ਪੱਛਮ ਵਿੱਚ ਆ, ਮਗਰ ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਦਿਲ ਮੈਂ ਖੋਜ ਦਿਲੇ ਮੈਂ ਖੋਜੋ। ਨਹੀਂ ਪਤਾ ਲੱਗਾ ਆ ਤੇਰੇ ਦਿਲ ਵਿੱਚ ਵਸਣ ਡਿਆ ਹੀ ਰੱਬ, ਨਾ ਦੱਖਣ ਵਿੱਚ ਹੀ ਨਾ ਪੱਛਮ ਵਿੱਚ ਹੀ। ਦਿਲ ਮੈਂ ਖੋਜ ਦਿਲੇ ਮੈਂ ਖੋਜੋ ਇਹੀ ਠੋਰ ਮਕਾਮ, ਇਹੀ ਥਾਂ ਹੀ ਉਹਦੇ ਰਹਿਣ ਦੀ। ਕੀ ਦਿਲ ਵਿੱਚ ਤੇ ਸਾਰਿਆਂ ਵਿੱਚ ਹੀ, ਘੱਟ ਘੱਟ ਮੈਂ ਹਰਜੂ ਵਸੇ, ਈਸਾਈ 'ਚ ਵੀ ਹੂੰ, ਮੁਸਲਮਾਨ 'ਚ ਵੀ ਹੂੰ, ਸਿੱਖ 'ਚ ਵੀ ਹੂੰ। ਸੱਜਣਾ ਤੈਨੂੰ ਤੇ ਧਰਮ ਦੀ ਪਰਿਭਾਸ਼ਾ ਹੀ ਹੋਰ ਸਿਖਾਤੀ, ਤੈਨੂੰ ਤੇ ਕਹਿ ਦਿੱਤਾ ਟਿੱਕਾ ਲਾ ਲਾ, ਗਲ 'ਚ ਤਰਸ਼ੂਲ ਪਾ ਲਾ, ਜਿੱਥੇ ਮੁਸਲਮਾਨ ਦਿਸੇ ਉਹਨੂੰ ਵੱਢ ਦੇ। ਕਦੀ ਮੁਸਲਮਾਨ ਨੂੰ ਕਹਿੰਦੇ ਸੀ ਜਿੱਥੇ ਜਨੇਊ ਵਾਲਾ ਦਿਸਦਾ ਏ ਉੱਥੇ ਵੱਢ ਦੇ, ਤੈਨੂੰ ਤੇ ਧਰਮ ਦੇ ਅਰਥ ਹੀ ਹੋਰ ਪੜਾਤੇ। ਭਾਵੇਂ ਕੋਈ ਹਿੰਦੂ ਆ ਟਿੱਕੇ ਵਾਲਾ, ਭਾਵੇਂ ਕੋਈ ਮੁਸਲਮਾਨ ਆ ਜਿਹਨੇ ਸੁਨਤ ਕੀਤੀ ਆ, ਭਾਵੇਂ ਕੋਈ ਸਿੱਖ ਆ ਕਿਰਪਾਨ ਵਾਲਾ, ਇਹ ਸਭ ਰੂਪ ਤੁਮਾਰੇ ਸਾਰਿਆਂ ਦੇ ਵਿੱਚ ਤੇ ਤੂੰ ਹੀ ਬੈਠਾ ਹੈ। ਆਖੋ ਵਾਹਿਗੁਰੂ। ਇਸ ਧਰਤੀ ਦੇ ਉੱਤੇ ਕੋਈ ਬਾਜਰਾ ਬੀਜਿਆ ਹੈ, ਉਹਦਾ ਨਾਮ ਬਾਜਰਾ ਹੈ। ਆਖੋ ਵਾਹਿਗੁਰੂ। ਕੋਈ ਕਪਾਹ ਬੀਜੀ, ਉਹਦਾ ਨਾਮ ਬੀਜ ਸਾਰੇ ਧਰਤੀ ਦੇ ਨੇ, ਗਰੋਥ ਸਾਰਿਆਂ ਨੂੰ ਧਰਤੀ ਦੇ ਵਿੱਚੋਂ ਮਿਲਣ ਦੀ, ਇੱਥੋਂ ਹਿੰਦੂ ਨੂੰ ਮਿਲ ਰਹੀ, ਇੱਥੋਂ ਈਸਾਈ ਨੂੰ ਮਿਲ ਰਹੀ। ਆਖੋ ਵਾਹਿਗੁਰੂ। ਧਰਮ ਦੇ ਅਰਥ ਹੀ ਗਲਤ ਸਿਖਾਤੇ ਹੈ। ਜਿਹੜਾ ਸਾਡਾ ਸੇਵਕ ਆ ਉਹ ਪਾਰ ਜਾਊ, ਮੇਰਾ ਬਾਬਾ ਨਹੀਂ ਕਹਿੰਦਾ, ਜਿਹੜਾ ਮੇਰਾ ਸੇਵਕ ਕਹਿੰਦਾ ਜਿੰਨੀ ਨਾਮ 'ਤੇ ਆਇਆ ਬਸ, ਭਾਵੇਂ ਉਹ ਈਸਾਈ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ, ਜਿਹੜਾ ਜਿਹੜਾ ਨਾਮ ਜਪੂਗਾ ਉਹ ਗਏ ਮਸ਼ਕਤ ਘਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ। ਆਦੇਸ਼ ਹੈ ਤੇਰਾ ਕੋਈ ਖਾਸ, ਇੱਕ ਤੇਰੇ ਚਰਨਾਂ 'ਚ ਮੇਰੀ। ਅਭੇਸ ਹੈ ਤੇਰਾ ਕੋਈ, ਇੱਕ ਭੇਸ ਵੀ ਨਹੀਂ, ਇਕੱਲਾ ਚੋਲਾ ਪਾਉਣ ਵਾਲਿਆਂ ਨੂੰ ਨਹੀਂ ਤੂੰ ਮਿਲਦਾ, ਨਾ 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 ਨਾ। ਨਮੋ ਸਰਬ ਦੇਸੇ ਨਮੋ ਸਰਬ ਭੇਸੇ, ਸਾਰਿਆਂ ਦੇਸਾਂ ਵਿੱਚ ਵੀ ਤੂੰ ਹੀ ਬੈਠਾ ਹੈ, ਸਾਰਿਆਂ ਭੇਸਾਂ ਵਿੱਚ ਵੀ। ਜਿਹਨੇ ਪੈਂਟ ਕਮੀਜ਼ ਪਾਈ ਉਹਦੇ ਵਿੱਚ ਵੀ ਤੂੰ ਪ੍ਰਗਟ ਹੋ ਸਕਦਾ ਹੈ। ਹੋ ਸਕਦਾ ਚੋਲੇ ਵਾਲਾ ਖਾਲੀ ਰਹਿ ਜੇ ਅਤੇ ਪੈਂਟ ਕਮੀਜ਼ ਵਾਲਾ ਭਰ ਜਾਏ, ਉਹ ਬਾਹਰ ਦੇ ਭੇਸ ਨੂੰ ਨਹੀਂ ਵੇਂਦਾ। ਵੈਸੇ ਮੈਂ ਕੱਲ੍ਹ ਵੀ ਦੱਸਿਆ ਸੀ
ਸਿੱਖ ਲਈ ਬਾਣਾ ਜ਼ਰੂਰੀ ਆ, ਮਗਰ ਬਾਣੇ ਵਿੱਚ ਪਾ ਕੇ ਬਾਣਾ ਕਿਤੇ ਇਹ ਨਾ ਆਖੀ ਹੁਣ ਮੈਂ ਅੰਮ੍ਰਿਤ ਵੇਲੇ ਵੀ ਨਾ ਉੱਠਾਂ, ਨਾਮ ਵੀ ਨਾ ਜਪਾਂ, ਮੈਂ ਬਾਣਾ 'ਤੇ ਪਾਇਆ ਹੀ ਆ ਮੈਨੂੰ ਮਿਲ ਜੇ, ਨੋ ਬਿਲਕੁਲ ਨਹੀਂ। ਬਾਣੀ ਬਾਣਾ ਪੰਖ ਪਛਾਣੋ, ਬਾਣੀ ਬਾਣਾ ਇਹ ਦੋ ਖੰਭ ਨੇ, ਬਾਣੀ ਦੋਵਾਂ ਨਾਲ ਉੱਡਣਾ ਪੰਛੀ ਨੇ, ਅਭੇਸ ਹੈ ਤੇਰਾ ਕੋਈ ਇੱਕ, ਤੇਰੇ ਚਰਨਾਂ 'ਚ ਮੇਰੀ, ਜੋ ਸੁਣ ਰਹੇ ਉਹਦੀ ਕਮਾਈ ਕਰੋਗੇ। ਅੱਛਾ ਜੋ ਸੱਚਮੁੱਚ ਹੁਣ ਅੱਗੇ ਤੋਂ ਇਸ ਵੇ ਨਾ ਵੇਖੋਗੇ ਵੀ ਇੱਕ ਕੱਪੜੇ ਨਾਲ ਰੱਬ ਦਾ ਸੰਬੰਧ ਨਹੀਂ, ਇੱਕ ਦੇਸ਼ ਵਿੱਚ ਰੱਬ ਨਹੀਂ ਰਹਿੰਦਾ, ਉੱਤੇ ਹੀ ਨਹੀਂ ਰਹਿੰਦਾ, ਥੱਲੇ ਵੀ ਰਹਿੰਦਾ ਹੈ। ਆਖੋ ਵਾਹਿਗੁਰੂ ਜਲੇ ਹੈ। ਇਹ ਆਪਣੀ ਸੋਚ ਨੂੰ ਬਦਲੋ, ਵੱਡਿਆਂ ਤੋਂ ਸੁਣਦੇ ਰਹੇ ਹਾਂ, ਉੱਪਰ ਵਾਲਾ ਹੀ ਜਾਣੇ ਕਹਿੰਦੇ, ਕੀ ਸੁਣਿਆ ਜੀ ਅੱਜ ਤੱਕ, ਇਹ ਹੀ ਸਿੱਧਾ ਹੋਵੇ, ਚੌਂਕੜਾ ਮਾਰ ਕੇ ਬੈਠੋ, ਚੌਂਕੜਾ ਮਾਰੋ ਇੱਥੇ, ਹਾਂ ਸੁਣੋ ਕੀ ਕਿਹਾ, ਉੱਪਰ ਵਾਲਾ ਹੀ ਜਾਣੇ। ਇਹ ਸ਼ਬਦ ਸਾਡੇ ਕੰਨਾਂ 'ਚ ਪੱਕ ਗਿਆ, ਜਿਹੜਾ ਕੋਈ ਕਹਿੰਦਾ ਉੱਪਰ ਵਾਲੇ ਨੂੰ ਪਤਾ ਹੋ, ਕਦੀ ਕਿਹਾ ਕਰੋ ਥੱਲੇ ਵਾਲੇ ਨੂੰ ਵੀ ਪਤਾ ਹੋ। ਆਹ ਬਾਬਾ ਕਹਿ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਇੱਕ ਵਾਹਦ ਪੁਰਖ ਆ ਜਿਹੜਾ ਕਹਿੰਦਾ ਜੇ ਉਹ ਉੱਤੇ ਆ ਤਾਂ ਉਹ ਥੱਲੇ ਵੀ ਆ, ਹੋ ਸਕਦਾ ਥੱਲੇ ਵਾਲੇ ਨੂੰ ਛੇਤੀ ਮਿਲੇ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ, ਉਹ ਛੇਤੀ ਲਾਗੇ ਆ ਜਾਏ, ਉੱਚੇ ਚੜ੍ਹਨਾ ਔਖਾ ਹੈ, ਨੀਵੇਂ ਛਾਲ ਮਾਰ ਕੇ ਜਾਣਾ ਸੌਖਾ ਹੈ। ਗੁਰੂ ਕਿਰਪਾ ਕਰੇ, ਅੱਗੇ ਭਜੰਗ ਪ੍ਰਿਆਤ ਛੰਦ ਚੱਲਿਆ, ਕੀ ਦੱਸਿਆ ਹੈ, ਸੱਪ ਦੀ ਚਾਲ ਵਾਂਗੂ ਪੜ੍ਹਨਾ, ਪਤਾ ਲੱਗਾ, ਅਗਾਧੇ ਅਬਾਧੇ, ਅਗਾਧੇ ਅਬਾਧੇ, ਬਹੁਤ ਡੂੰਘਾ ਹੈ, ਗਾਇਆ ਨਹੀਂ ਜਾ ਸਕਦਾ, ਅਬਾਧੇ ਤੂੰ ਕਿਸੇ ਬੰਧਨਾਂ 'ਚ ਨਹੀਂ ਪਾਇਆ ਜਾ ਸਕਦਾ, ਰੱਬ ਨੂੰ ਤੁਸੀਂ ਬੰਨ ਨਹੀਂ ਪਾ ਸਕਦੇ। ਆਖੋ ਵਾਹਿਗੁਰੂ। ਆਨੰਦੀ ਸਰੂਪੇ, ਤੇਰਾ ਸਰੂਪ ਬੜਾ ਆਨੰਦ ਵਾਲਾ ਹੈ ਸੱਚਮੁੱਚੀ, ਤੁਸੀਂ ਤਾਂ ਮੈਂ ਨਹੀਂ ਵੇਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਣ ਕੇ, ਅੱਖਾਂ ਮਿਟ ਕੇ ਮੱਥਾ ਟੇਕਿਆ, ਜੇਬ 'ਚੋਂ ਨੇਟ ਨੋਟ ਕੱਢਿਆ, ਨੋਟ ਵੱਲ ਧਿਆਨ ਚਲੇ ਗਿਆ, ਇੱਥੋਂ ਕੱਢਿਆ, ਸੁਣਿਓ ਇੱਥੋਂ ਕੱਢਿਆ, ਅਤੇ ਉਸੇ ਵੇਲੇ ਕੀ ਵੇਖਿਆ ਵੀ ਕਿਤੇ ਦੱਸਦੇ ਭੁਲੇਖੇ, ਸੌਦਾ ਨਾ ਸੁੱਟਾਵਾਂ, ਤੂੰ ਤਾਂ ਦਸ ਨਾਲ ਘੁਲਣ ਲੱਗ ਪਿਆ, ਹੁਣ ਤਾਂ ਤੇਰੀ ਸਰਕਾਰ ਨੇ ਨੋਟਾਂ ਦਾ ਆਕਾਰ ਰੂਪ ਸਾਰਾ ਇੱਕੋ ਜਿਹਾ ਹੀ ਬਣਾਤਾ, ਨੋਟ ਦੱਸਦਾ ਹੈ ਅਤੇ ਘੁਲੀ ਜਾਂਦਾ, ਕਿਤੇ 500 ਦਾ ਤਾਂ ਨਹੀਂ ਸੁੱਟ ਬੈਠਾ, ਤੂੰ ਇਹਨੂੰ ਵੇਖਿਆ ਕਿੱਥੇ ਆਣ ਕੇ। ਆਖੋ ਵਾਹਿਗੁਰੂ। ਹੱਬੇ ਥੁੱਕ ਵਸਾਰ, ਇੱਕੋ ਖਿਆਲ ਕਰ, ਇੱਕੋ ਖਿਆਲ ਕਰ, ਉੱਥੋਂ ਤੂੰ ਕਹਿ ਜਦੋਂ ਅੰਦਰ ਆਉਣਾ ਹੈ ਤੂੰ ਇਹ ਗੱਲ ਕਹਿ ਮੈਂ ਸਾਹਿਬ ਦੇ ਦੀਦਾਰ ਕਰਨਾ ਆ, ਨਾ ਪਾ ਨੋਟ, ਬੜੇ ਲੜਦੇ ਕਮੇਟੀਆਂ ਵਾਲੇ ਮੇਰੇ ਨਾਲ, ਇਹ ਕਿਉਂ ਕਹਿੰਦਾ, ਮੈਂ ਤਾਂ ਬੇਨਤੀ ਕਰਦਾ ਇਹਨਾਂ ਨੋਟਾਂ ਨਾਲ ਗੁਰਦੁਆਰੇ ਨਹੀਂ ਚੱਲ ਰਿਹਾ, ਇਹ ਗੁਰਦੁਆਰੇ ਦੀ ਮਿਹਰ ਨਾਲ ਚੱਲ ਰਿਹਾ, ਇਹਦੀ ਬਖਸ਼ਿਸ਼ ਨਾਲ ਚੱਲ ਰਿਹਾ, ਜਿੱਥੇ ਨਹੀਂ ਨੋਟ ਕੋਈ ਗੋਲਕ ਵਿੱਚ ਪਾਉਂਦਾ ਉੱਥੇ ਵੀ ਲੰਗਰ ਚੱਲਦਾ ਹੈ। ਆਖੋ ਵਾਹਿਗੁਰੂ। ਕੀ ਕਿਹਾ ਸੀ ਉਹਨੇ, ਖੀਸਾ ਮੇਰਾ ਅਤੇ ਹੱਥ, ਆਖਿਆ ਸੀ ਕੱਢੀ ਜਾਇਆ ਕਰੋ ਉਹਦੇ ਖੀਸੇ ਦੇ ਵਿੱਚੋਂ, ਕਦੀ ਸੋਚਿਆ ਜੇ, ਮੇਰੀ ਹੱਥ ਜੋੜ ਕੇ ਬੇਨਤੀ, ਟਾਈਮ ਹੋ ਗਿਆ, ਕਦੀ ਸੋਚਿਆ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਟੂਆ ਹੈ, ਤੂੰ ਕਹਿਣ ਨਹੀਂ ਹੈਗਾ, ਅਚੇਤਨਤਾ 'ਚ ਹੀ ਐਂ ਕਰੀ ਜਾਂਦੇ, ਤੁਸੀਂ ਬੋਲੋ ਹੈਗਾ, ਮੈਂ ਕਿੰਨਾ ਹੈਗਾ,
ਸੁਣੋ ਇਹ ਬਾਣੀ ਆ, ਖੰਡ ਬੋਲੋ, ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ, ਖੰਡ ਬ੍ਰਹਿਮੰਡ ਮੈਂ ਸਿੰਘੀ ਸਿੰਘੀ ਵਾਹਿਗੁਰੂ। ਆਹ ਜਿਹੜਾ ਜਪਣਾ ਹੈ ਨਾ, ਇਹ ਜਿਹੜਾ ਜਪਣਾ ਹੈ, ਸਿੰਘੀ ਵੱਜਣੀ, ਨਾਦ ਚੱਲਣਾ, ਵਾਹਿਗੁਰੂ ਦਾ ਸਿਮਰਨ ਚੱਲ ਪੈਣਾ, ਮੇਰਾ ਬਾਬਾ ਕਹਿੰਦਾ ਇਹ ਹੀ ਮੇਰਾ ਬਟੂਆ ਹੈ। ਜਿਹਨੇ ਮੇਰੇ ਬਟੂਏ 'ਚੋਂ ਕੁਝ ਕੱਢਣਾ ਵਾ, ਉਹ ਰਾਤ ਦਿਨ ਵਾਹਿਗੁਰੂ ਜਪੋ, ਘਰਾਂ ਦੇ ਘਰ ਭਰ ਜਾਣਗੇ। ਕਰਕੇ ਵੇਖ ਲਓ, ਖੰਡ ਹਾਂ ਚੰਗੀ ਤਰ੍ਹਾਂ ਫੜੋ, ਖੰਡ ਬ੍ਰਹਿਮੰਡ ਮੈਂ ਸਿੰਘੀ ਸਿੰਘੀ ਮਣੇ ਸ਼ਬਦ, ਸਿੰਘੀ ਮੇਰਾ ਬਟੂਆ, ਇਹ ਸਭ ਜੱਗ ਭਸਮਾ ਧਾਰੀ। ਇਹ ਤੇ ਭਸਮ ਹੋਣ ਵਾਲੇ, ਇਹਨਾਂ ਦੇ ਬਟੂਏ ਵੀ ਸੜਜਣੇ ਨੇ, ਇਹਨਾਂ ਖੁਦ ਵੀ ਸੜਜਣਾ ਹੈ, ਮਗਰ ਮੇਰਾ ਬਟੂਆ ਨਾ ਸੜਨਾ ਹੈ, ਨਾ ਕਦੀ ਮੈਂ ਸੜਨਾ ਹੈ। ਸ਼ਬਦ ਦੀ ਆਰਾਧਨਾ ਕਰੋ, ਆਨੰਦੀ ਸਰੂਪੇ ਨਮੋ ਸਰਬ ਮਾਨੇ, ਹੇ ਸਾਰਿਆਂ ਦੇ ਮਾਣ ਯੋਗ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਤੇਰੇ ਚਰਨਾਂ 'ਚ ਮੇਰੀ ਸਮਸਤੀ ਨਧਾਨੇ, ਸੰਪੂਰਨ ਖਜ਼ਾਨਾ ਹੈ ਤੇਰੇ ਖਜ਼ਾਨੇ 'ਚ, ਕੋਈ ਘਾਟਾ ਨਹੀਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਕਿਸੇ ਕੋਲ ਪੈਸੇ ਬਹੁਤ ਹੋਣ, ਆਖੋ ਵਾਹਿਗੁਰੂ, ਕਿਸੇ ਕੋਲ ਬਹੁਤ ਪੈਸੇ ਹੋਣ, ਉਹ ਪੈਸੇ ਨਾਲ ਹਰ ਚੀਜ਼ ਨਹੀਂ ਖਰੀਦ ਸਕਦਾ, ਮਗਰ ਤੇਰੇ ਖਜ਼ਾਨੇ 'ਚ ਜੋ ਕੁਝ ਪਿਆ ਹੈ, ਇਹ ਕਿਤੇ ਸਭੇ ਥੋਕ ਪ੍ਰਾਪਤੇ, ਜੇ ਆਵੇ ਇੱਕ ਹੱਥ, ਜੇ ਕਿਤੇ ਇੱਕ ਸ਼ਬਦ ਹੱਥ 'ਚ ਆ ਜਾਵੇ ਤਾਂ ਸਭ ਕੁਝ ਖਰੀਦਿਆ ਜਾ ਸਕਦਾ ਹੈ, ਸਭ ਕੁਝ ਪਾਇਆ ਜਾ ਸਕਦਾ ਹੈ। ਮੇਰੇ ਸਾਹਿਬ ਕਹਿੰਦੇ ਸਮਸਤੀ ਨਿਧਾਨੇ ਨਮਸਤਵੰਗ, ਫਿਰ ਬਾਬਾ ਆਇਆ, ਆਰੰਭ 'ਤੇ ਆਇਆ ਸੀ, ਅੱਜ ਫਿਰ ਆਏ, ਨਮਸਤਵੰਗ ਨਿਰਨਾਥੇ, ਤੂੰ ਸਾਰਿਆਂ ਦਾ ਨਾਥ ਹੈ, ਤੇਰਾ ਤੇਰੇ ਚਰਨਾਂ 'ਚ ਮੇਰੀ ਨਮਸਤੁੰਗ ਪਰਮਾਥੇ, ਸਾਰਿਆਂ ਨੂੰ ਸੰਘਾਰਨ ਵਾਲਾ, ਮਾਰਨ ਵਾਲਾ, ਤੇਰੇ ਚਰਨਾਂ 'ਚ ਮੇਰੀ ਨਮਸਤਵੰਗ ਅਗੰਜੇ, ਨਮਸਕਾਰ ਆ, ਤੈਨੂੰ ਕੋਈ ਨਸ਼ਟ ਨਹੀਂ ਕਰ ਸਕਦਾ, ਤੈਨੂੰ ਕੋਈ ਖਤਮ ਨਹੀਂ ਕਰ ਸਕਦਾ। ਆਹ ਕੀਤੀ ਕੋਸ਼ਿਸ਼, ਬਰਗਾੜੀ ਕੀਤੀ, ਪੰਜਾਬ ਦੇ ਵਿੱਚ ਕਈ ਥਾਈ ਕੀਤੀ, ਅੰਗ ਅੰਗ ਕਰਕੇ ਖਿਲਾਰ ਦਿੱਤਾ, ਖਤਮ ਹੋ ਗਿਆ? ਬੋਲੋ ਨਾ, ਇੰਨੀ ਕਿਤੇ ਵੇਖਿਆ ਕਰੋ, ਇੰਨੀ ਕਿਤੇ ਆਪਣੀ ਐਨਰਜੀ ਲਾਇਆ ਕਰੋ, ਜਿਹੜੀ ਚੀਜ਼ ਖਤਮ ਕਰਨ ਦੇ ਕੋਸ਼ਿਸ਼ ਸਰਕਾਰਾਂ ਕੀਤੀ, ਉਹ ਵੀ ਛੋਟੀ ਮੋਟੀ ਸ਼ਕਤੀ ਨੇ ਨਹੀਂ, ਸਰਕਾਰਾਂ ਨੇ ਕੀਤੀ, ਮਗਰ ਉਹ ਫਿਰ ਪ੍ਰਕਾਸ਼ਮਾਨ ਹੋਇਆ, ਬੋਲਣ ਡਿਆ, ਮਾਰ ਲਓ, ਤੈਨੂੰ ਕੋਈ ਨਸ਼ਟ ਨਹੀਂ ਕਰ ਸਕਦਾ। ਉਹ ਪਰਮ ਸ਼ਕਤੀ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ, ਬੋਲੋ ਕੌੜੀ ਹੈ, ਫਿਰ ਬੋਲੋ, ਜਿਹਨੂੰ ਕੋਈ ਨਸ਼ਟ ਨਹੀਂ ਕਰ ਸਕਦਾ, ਉਹਦਾ ਨਾਮ ਆ ਧੰਨ ਸਾਹਿਬ ਸ੍ਰੀ ਗੁਰੂ। ਨਮਸਤਵੰਗ ਅਗੰਜੇ, ਨਮਸਤੰਗ ਅਪੰਜੇ, ਤੈਨੂੰ ਕੋਈ ਭੰਨ ਵੀ ਨਹੀਂ ਸਕਦਾ ਤੇਰੇ ਚਰਨਾਂ 'ਚ ਮੇਰੀ। ਨਮਸਤੰਗ ਅਕਾਲੇ, ਤੈਨੂੰ ਨਮਸਕਾਰ ਹੈ ਕਿ ਤੂੰ ਕਾਲ ਵਸ ਨਹੀਂ? ਆਹ ਜਿੰਨੇ ਅਸੀਂ ਹਾਂ, ਸਭ ਜੱਗ ਕਾਲੇ ਵਸ ਆ, ਕਿਸੇ ਦੀ 100 ਸਾਲ ਲਿਖੀ ਆ, ਕਿਸੇ ਦੀ 150। ਅੱਜ ਇੱਕ ਬਜ਼ੁਰਗ ਨੇ ਕੋਈ ਉੱਥੇ ਪਦਮ ਭੂਸ਼ਣ ਲਿਆ ਵਾ ਰਾਸ਼ਟਰਪਤੀ ਭਵਨ 'ਚੋਂ, ਉਹ 126 ਸਾਲ ਦਾ ਹੈ, ਵੇਖਿਆ ਹੀ ਹੋ ਤੁਸੀਂ ਕਿਤੇ, ਅਤੇ 126 ਸਾਲ ਦਾ ਤੁਰਿਆ ਫਿਰਦਾ। ਜਦੋਂ ਮੈਂ ਕਦੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਕਥਾ ਸੁਣਾਉਂਦਾ ਸੀ ਨਾ, ਤਾਂ ਮੇਰੇ ਮਨ ਵਿੱਚ ਵੀ ਵੱਜਦੀ ਸੀ, ਪਰਮਜੀਤ ਸਿੰਘ ਕਿਤੇ ਤੂੰ ਗਲਤ ਤਾਂ ਨਹੀਂ ਸੁਣਾ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੰਗ ਰੂਪ ਸਰੂਪ ਕਿਸ ਤਰ੍ਹਾਂ ਦਾ ਸੀ?
ਉੱਥੇ ਬੈਠਾ ਸੀ 127 ਸਾਲ ਦਾ ਮੁਸਲਮਾਨ, ਅਤੇ ਮੈਂ ਸੋਚਦਾ ਹਾਂ ਕਿਤੇ ਮੈਂ ਗਲਤ ਨਾ ਦੱਸਦਾ ਵਾਂ, ਅੱਜ ਉਹ ਚੰਗਾ ਭਲਾ 123 ਸਾਲ ਦਾ, ਕਿੰਨੇ ਦਾ ਕਹਿੰਦੇ 26 ਸਾਲ ਦਾ ਭੱਜਾ ਫਿਰਦਾ ਅਜੇ। ਫਿਰ ਇਹ ਕੋਈ ਗੱਲ ਵੱਡੀ ਮੈਟਰ ਨਹੀਂ ਕਰਦੀ ਵੀ ਉਹ ਐਡਾ ਵੱਡਾ ਨਾ ਹੋ ਸਕਦਾ ਹੋਊਗਾ, ਜਿਹਨੇ ਸਿਹਤ ਨੂੰ ਸਾਂਭਿਆ ਉਹਨਾਂ ਦੀ ਉਮਰ ਇੰਨੀ ਇੰਨੀ ਹੋਈ। ਉਹ ਮੁਸਲਮਾਨ ਨੇ ਵੀ ਆਣ ਕੇ ਆਖਿਆ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ, ਮੈਂ ਵੇਖਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹਨਾਂ ਅੱਖਾਂ ਨਾਲ, ਕਿੰਨੀਆਂ ਅੱਖਾਂ ਧਨ ਹੋਣਗੀਆਂ ਜੇ ਸੁਣਿਆ ਆਨੰਦ ਆ ਜਾਂਦਾ ਹੈ, ਬੋਲੋ ਜੇ ਉਹਦੀ ਕਹਾਣੀ ਸੁਣੀਏ ਵੀ ਇਸ ਤਰ੍ਹਾਂ ਤੁਰਦਾ ਸੀ, ਐਡੀ ਐਡੀਆਂ ਲੰਮੀਆਂ ਬਾਹਾਂ ਸੀ, ਇਸ ਤਰ੍ਹਾਂ ਦਾ ਬਾਸ ਸੀ, ਇਸ ਤਰ੍ਹਾਂ ਦਾ ਘੋੜਾ ਸੀ, ਸੁਣਨ ਨਾਲ ਹੀ ਵਜਮਾਤ ਵਿਸਮਾਤ ਅਵਸਥਾ ਚੱਲ ਜਾਂਦਾ ਹੈ। ਅਤੇ ਜਿਹਨੇ ਵੇਖਿਆ ਹੋਊ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੋ ਵਾਰੀ, ਜਿਨ ਗੁਰ ਕੀ ਕੀਤੀ ਚਾਕੇਰੀ ਤਿੰਨ ਸਦ ਬਲਹਾਰੀ। ਨਮਸਤੋਂਗਾ ਕਾਲੇ, ਕਾਲ ਤੋਂ ਰਹਿ ਤਾਂ ਤੂੰ ਕਾਲ ਦੇ ਮੂੰਹ 'ਚ ਨਹੀਂ ਪੀਂਦਾ। ਨਮਸਤੋਂ ਅਪਾਲੇ, ਸਾਰਿਆਂ ਨੂੰ ਤੂੰ ਪਾਲਦਾ ਹੈ ਮਗਰ ਤੈਨੂੰ ਕੋਈ ਪਾਲਦਾ ਨਹੀਂ, ਤੇਰੇ ਚਰਨਾਂ 'ਚ ਮੇਰੀ। ਸਮਾਂ ਹੋ ਗਿਆ, ਮੈਂ ਤੁਹਾਨੂੰ ਰਾਤੀ ਵੀ ਕਿਹਾ ਸੀ ਇਹ ਸਟੇਜਾਂ ਉਹ ਨੇ ਜਿਨ੍ਹਾਂ ਵਿੱਚ ਇੱਕ ਛਿਨ ਵੀ ਉੱਤੇ ਨਾ ਥੱਲੇ ਜਾਣ ਦਾ, ਇਹ ਮਰਿਆਦਾ ਨੇ ਸਾਰਿਆਂ ਗੁਰਦੁਆਰਿਆਂ ਦੀ। ਆਪਾਂ ਰਾਤੀ ਡੇਢ ਘੰਟਾ ਵੀ ਕਰਦੇ ਰਹੇ ਮਗਰ ਉਹ ਲੋਕਲ ਗੁਰਦੁਆਰੇ ਸਾਹਿਬਾਨ ਨੇ, ਉੱਥੇ ਲੱਗੇ ਵੀ ਰਹੀਏ ਤਾਂ ਕੋਈ ਨਹੀਂ, ਇੱਥੋਂ ਦੀ ਰੋਜ਼ ਦੀ ਮਰਿਆਦਾ ਹੈ। ਇਸ ਕਰਕੇ ਮੈਂ ਪੂਰੇ ਟਾਈਮ ਨਾਲ ਸਮਾਪਤੀ ਕਰਦਾ। ਜਿਹੜੇ ਜਿਹੜੇ ਅੱਜ ਤੁਸੀਂ ਆਏ ਹੋ ਮੇਰੇ ਉਹ ਭਰਾਓ, ਮੇਰੇ ਉਹ ਵੀਰੋ, ਇਹ 4 ਦਿਨ ਲਗਾਤਾਰ, ਇੱਕ ਅੱਜ ਹੋ ਗਿਆ, 3 ਦਿਨ ਹੋਰ ਜਾਪ ਸਾਹਿਬ ਦੀ ਕਥਾ ਇੱਥੇ ਚੱਲਣੀ, ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। 27 ਤਰੀਕ ਨੂੰ ਵਿਸ਼ਨੂੰ ਗਾਰਡਨ ਗੁਰਦੁਆਰੇ ਭੱਠਾ ਸਾਹਿਬ ਸਵੇਰੇ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁੱਤ ਬਣ ਕੇ ਆਪਣਾ ਮਨੁੱਖਾ ਜਨਮ ਸਫਲਾ ਕਰੋ। ਸਵੇਰੇ ਸੀਸ ਗੰਜ ਸਾਹਿਬ 7:30 ਤੋਂ 8:30 ਵਜੇ ਤੱਕ, 2 ਦਿਨ ਉਸ ਤੋਂ ਬਾਅਦ ਪਰਸੋਂ ਅਤੇ ਚੌਥ ਸ੍ਰੀ ਬੰਗਲਾ ਸਾਹਿਬ ਗੁਰਦੁਆਰਾ ਹੈ, ਉੱਥੇ ਕਥਾ ਹੈ। ਤੁਸੀਂ ਆਓ, ਆਣ ਕੇ ਦਰਸ਼ਨ ਕਰੋ, ਸਾਹਿਬ ਦੇ ਦੀਦਾਰ ਕਰਕੇ ਸ੍ਰੀ ਹਰਿਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਸਤਿਗੁਰੂ ਸਾਰਿਆਂ ਦਾ ਭਲਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਅਕਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਤਾਣ ਦਿਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਸੁੱਖ ਟਲ ਉਰਸੀ ਵੀ ਹੈ, ਦਰਸ਼ਨ ਪਰਸੀ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਅਬ ਹਮ ਚੱਲੀ ਠਾਕਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਅਬ ਹਮ ਚੱਲੀ
ठाकर पहार। जब हम शरण प्रभु की आई, राख प्रभु भावे मार। रहाओ लोकर की चतराई उपमा, ते बसंतर जार। कोई भला कहो भावे बुरा कहो, हम तन दियो है डार। जो आवत शरण ठाकर प्रभ तुमरी, तिस राखो कृपा तार। जन नानक शरण तुम्हारी हर जियो, राखो लाज मुरार। जो आवत शरण ठाकर प्रभ तुमरी, तिस राखो कृपा तार। जन नानक शरण तुम्हारी हर जियो, राखो लाज मुरार। वाहिगुरु जी का खालसा, वाहिगुरु जी की फतेह। सोहिला राग गौड़ी।